ਸਤਨਾਮ ਵਾਹਿਗੁਰੂ ਸਾਹਿਬ ਜੀਓ, ਗੁਰੂ ਗਰੀਬ ਨਿਵਾਸ। ਉੱਚੋ ਸੱਜਣ ਮੰਡਿਆ ਦੇਈ ਸਿਸ ਉਤਾਰ, ਨੈਣ ਮਹਿੰਜੇ ਤਰਸਦੇ ਕਰ ਪਸੀਂਦੀ ਦਾਰ। ਜੇ ਤੂੰ ਤੁਠਾ ਕਿਰਪਾ ਨਿਦਾਨ, ਨਾ ਦੂਜਾ ਵੇਖਾਲ। ਇਹਾ ਪਾਈ ਮੂੰਦਾ ਤੜੀ, ਨਿਤ ਗਿਰਦੈ ਰੱਖਾਂ ਸੰਭਾਲ। ਤੇਰੇ ਕਵਨ ਕਵਨ ਕੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਕੁਣੀ ਨਿਦਾਨਾ, ਤੁਮਰੀ ਮਹਿਮਾ ਵਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ, ਤੁਮਰੀ ਮਹਿਮਾ ਵਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਲੋਕ ਪਰਲੋਕ ਦੇ ਰਾਖੇ ਬਖਸ਼ੰਦ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸੁਭਾਈਮਾਨ ਸਤਸੰਗੀ ਪਿਆਰ ਵਾਲਿਓ, ਕਰੋ ਕਿਰਪਾ ਅਦਬ ਸਤਿਕਾਰ ਨਾਲ ਗੁਰੂ ਫਤਿਹ ਦੀ ਸਾਂਝ ਕਰੀਏ। ਦਿਓ ਅਸੀਸਾਂ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਪਿਤਾ ਜੀ ਮਹਾਰਾਜ ਦੇ ਚਰਨਾਂ ਦੇ ਸੇਵਕ ਭਾਈ ਮਨੀ ਸਿੰਘ ਹੋਰਾਂ ਦਾ ਇਤਿਹਾਸ ਤੁਹਾਡੇ ਨਾਲ ਕੱਲ ਸਾਂਝਾ ਕੀਤਾ ਸੀ। ਅੱਜ ਉਸ ਤੋਂ ਅਗਲੀ ਵਿਚਾਰ। ਭਾਈ ਮਨੀ ਸਿੰਘ ਹੋਰਾਂ ਦੇ 10 ਪੁੱਤਰ ਨੇ, ਬੇਟੀ ਕੋਈ ਨਹੀਂ। ਪਹਿਲਾਂ ਵੀ ਅਰਜ਼ ਕੀਤੀ ਸੀ, 10 ਪੁੱਤਰਾਂ ਵਿੱਚੋਂ ਅੱਜ 2 ਪੁੱਤਰਾਂ ਦੀ ਆਪਾਂ ਵਿਚਾਰ ਕਰਾਂਗੇ। 10 ਪੁੱਤਰਾਂ ਵਿੱਚੋਂ 10 ਦੇ 10 ਹੀ ਸ਼ਹੀਦ ਨੇ। ਉਹਨਾਂ ਵਿੱਚੋਂ ਸਭ ਤੋਂ ਪਹਿਲਾ ਪੁੱਤਰ ਹੈ ਭਾਈ ਚਿੱਤਰ ਸਿੰਘ। ਮਾਲਕ ਦੇ ਚਰਨਾਂ ਵਿੱਚ ਜਦੋਂ, ਕਲਗੀਧਰ ਪਿਤਾ ਦੇ ਚਰਨਾਂ ਵਿੱਚ ਜਦੋਂ ਪਹਿਲੀ ਵਾਰੀ 5 ਪੁੱਤਰਾਂ ਨੂੰ ਭੇਟਾ ਕੀਤਾ ਹੈ ਭਾਈ ਮਨੀ ਸਿੰਘ ਹੋਰਾਂ ਨੇ, ਤਾਂ ਉਦੋਂ ਜਿਹੜਾ ਪਹਿਲਾ ਪੁੱਤਰ ਹੈ ਇਹ ਭਾਈ ਚਿੱਤਰ ਸਿੰਘ ਗੁਰੂ ਚਰਨਾਂ ਵਿੱਚ ਹਾਜ਼ਰ ਹੋਇਆ ਅਤੇ ਸਾਹਿਬ ਦੇ ਦਰ ਨਾਲ ਆਪਣੀ ਪ੍ਰੀਤ ਜੋੜ ਕੇ ਲੰਮਾ ਸਮਾਂ ਗੁਰੂ ਘਰ ਦੀ ਸੇਵਾ ਕਰਦਾ ਰਿਹਾ। ਬੜਾ ਪਿਆਰ ਸੀ ਕਲਗੀਧਰ ਪਿਤਾ ਜੀ ਮਹਾਰਾਜ ਦਾ ਇਹਦੇ ਨਾਲ। ਆਖਿਰਕਾਰ ਸਮਾਂ ਆਪਣੀ ਟੋਰ ਟੁੱਟਦਿਆਂ ਗਿਆ, ਗੁਰੂ ਸਾਹਿਬ ਦੇ ਦਰ ਤੇ ਸੇਵਾ ਕਰਦਿਆਂ ਕਰਦਿਆਂ ਵਕਤ ਗੁਜ਼ਰਦਾ ਗਿਆ। ਇਹ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜਨ ਤੋਂ ਬਾਅਦ ਵਿੱਚ ਜਦੋਂ ਕਲਗੀਧਰ ਪਿਤਾ ਨਾਲ ਕੁਝ ਸਮਾਂ ਰਿਹਾ, ਉਸ ਤੋਂ ਬਾਅਦ ਵਿੱਚ ਭਾਈ ਮਨੀ ਸਿੰਘ ਹੋਰੀ ਜਦੋਂ 1734 ਦੇ ਵਿੱਚ, ਯਾਦ ਰੱਖਣ ਯੋਗ ਬਾਤ ਹੈ, ਦਾਸ ਨੇ ਕੱਲ ਵੀ ਅਰਜ਼ ਕੀਤੀ ਸੀ, 1734 ਦੇ ਵਿੱਚ
ਜਦੋਂ ਭਾਈ ਮਨੀ ਸਿੰਘ ਹੋਰਾਂ ਦੀ ਸ਼ਹਾਦਤ ਹੁੰਦੀ ਹੈ ਲਾਹੌਰ ਦੇ ਵਿੱਚ, ਦਿੱਲੀ ਦੇ ਖਿਮਾ ਕਰੇ ਜੀ ਲਾਹੌਰ ਦੇ ਵਿੱਚ, ਉਦੋਂ ਇਸ ਭਾਈ ਗੁਰੂ ਕੇ ਪਿਆਰੇ ਭਾਈ ਚਿੱਤਰ ਸਿੰਘ ਦੀ, ਇਹ ਭਾਈ ਮਨੀ ਸਿੰਘ ਹੋਰਾਂ ਦਾ ਵੱਡਾ ਬੇਟਾ ਹੈ, ਇਹਦੀ ਵੀ ਉਸੇ ਗੀ ਲਾਹੌਰ ਦੇ ਵਿੱਚ ਸ਼ਹਾਦਤ ਹੁੰਦੀ ਹੈ। ਆਪਣੇ ਪਿਤਾ ਦੇ ਨਾਲ ਹੀ ਇਸ ਨੂੰ ਵੀ ਸ਼ਹੀਦ ਕੀਤਾ ਜਾਂਦਾ ਹੈ। ਇਹਦੇ ਸਾਹਮਣੇ ਵੀ ਉਹੀ ਓ ਸ਼ਰਤਾਂ ਰੱਖੀਆਂ ਸਨ, ਤੁਹਾਨੂੰ ਵੀ ਉਹੀ ਓ ਗੱਲਾਂ ਮੰਨਣੀਆਂ ਪੈਣੀਆਂ ਨੇ। ਨੰਬਰ ਇੱਕ ਤੇ ਇਸਲਾਮ ਕਬੂਲ ਕਰ ਲਓ, ਇਹਨਾਂ ਨੇ ਨਾ ਪਰਵਾਹ ਕੀਤੀ। ਦੂਜੀ ਗੱਲ ਇਹ ਹੈ, ਤੁਹਾਡੀ ਜ਼ਿੰਦਗੀ ਦੇ ਅੰਦਰ ਕਿਸੇ ਨਾ ਕਿਸੇ ਕਾਰਨ ਕਰਕੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉੱਚੇ ਅਹੁਦੇ ਜੋ ਕੁਝ ਲੈਣਾ ਚਾਹੁੰਦੇ ਹੋ, ਤੁਹਾਡੀ ਹਰ ਮੰਗ ਪੂਰੀ ਕਰ ਦਿੱਤੀ ਜਾਏਗੀ। ਤੁਸੀਂ ਇਸਲਾਮ ਨੂੰ ਕਬੂਲ ਕਰ ਲਓ, ਨਾ ਵਿੱਚ ਹਾਂ ਇਹਨਾਂ ਜਵਾਬ ਦਿੱਤਾ। ਆਖਿਰਕਾਰ ਇਹੋ ਗੱਲ ਹੋਈ। ਤੇ ਦੂਜਾ ਇੱਕੋ ਇੱਕ ਸਾਧਨ ਸੀ ਭਈ ਤੁਹਾਨੂੰ ਮੌਤ ਦੇ ਰਾਹ ਤੇ ਤੁਰਨਾ ਪਵੇਗਾ। ਗੁਰੂ ਕੇ ਪਿਆਰੇ ਨੇ ਆਪਣੇ ਪਿਤਾ ਵਾਂਗੂ ਇਸ ਗੁਰੂ ਦੀ ਸਿੱਖੀ ਨੂੰ ਆਪਣੇ ਹਿੱਕ ਨਾਲ ਲਾ ਕੇ ਆਪਣੀ ਜ਼ਿੰਦਗੀ ਚ ਮੌਤ ਤਾਂ ਖਰੀਦ ਲਈ, ਪਰ ਗੁਰੂ ਦੇ ਚਰਨਾਂ ਤੋਂ ਲਾਂਭੇ ਨਹੀਂ ਹੋਇਆ, ਗੁਰੂ ਦੇ ਦਰ ਤੋਂ ਨਹੀਂ ਵਿਛੜਿਆ। ਇਹਦੇ ਤੋਂ ਮਗਰੋਂ ਦੂਜੇ ਪੁੱਤਰ ਦਾ ਨਾਂ ਹੈ ਭਾਈ ਬਚਿੱਤਰ ਸਿੰਘ। ਇਹਦਾ ਵੀ ਅੱਗੇ ਮੈਂ ਸਿਰਫ ਛੋਟੀ ਜਿਹੀ ਬੇਨਤੀ ਕਰਦੀ ਹਾਂ, ਇਹ ਯਾਦ ਰੱਖਣ ਯੋਗ ਬਾਤ ਹੈ। ਭਾਈ ਚਿੱਤਰ ਸਿੰਘ ਹੋਰਾਂ ਦੇ ਚਾਰ ਪੁੱਤ ਨੇ, ਚਾਰਾਂ ਵਿੱਚੋਂ ਤਿੰਨ ਅੱਗੇ ਫਿਰ ਗੁਰੂ ਲਈ ਸ਼ਹੀਦ ਨੇ। ਮੈਂ ਬੇਨਤੀ ਕਰਦੇ ਹਾਂ, ਇੰਨੀ ਲੰਮੀ ਆਪਾਂ ਡਿਟੇਲ ਲੰਮੀ ਜਾ ਨਹੀਂ ਸਕਦੇ। ਇਹਦੇ ਅੱਗੇ ਭਾਈ ਇਸ ਚਿੱਤਰ ਸਿੰਘ ਦੇ ਚਾਰ ਪੁੱਤ ਨੇ, ਭਾਈ ਮਨੀ ਸਿੰਘ ਦੇ ਪੋਤਰੀਆਂ ਦੀ ਮੈਂ ਹੁਣ ਗੱਲ ਕਰਨੀ ਆ। ਇਹਦੇ ਅੱਗੇ ਚਾਰ ਪੁੱਤ ਨੇ, ਸਭ ਤੋਂ ਵੱਡੇ ਦਾ ਨਾਂ ਹੈ ਭਾਈ ਕੇਸੋ, ਇਹ ਵੀ ਗੁਰੂ ਦੇ ਲਈ ਸ਼ਹੀਦ ਹੈ। ਉਸ ਤੋਂ ਬਾਅਦ ਦੂਜੇ ਦਾ ਨਾਂ ਹੈ ਭਾਈ ਨਰੈਣ ਸਿੰਘ, ਪਹਿਲੇ ਦਾ ਨਾਂ ਹੈ ਕੇਸੋ ਸਿੰਘ, ਦੂਜੇ ਦਾ ਨਾਂ ਹੈ ਨਰੈਣ ਸਿੰਘ, ਤੀਜੇ ਦਾ ਨਾਂ ਹੈ ਜਗਤ ਸਿੰਘ, ਚੌਥੇ ਦਾ ਨਾਂ ਹੈ ਭਾਈ ਹਾਠੂ ਸਿੰਘ। ਯਾਦ ਰੱਖਣ ਯੋਗ ਬਾਤ ਹੈ, ਇੱਕ 1711 ਵਿੱਚ ਸ਼ਹੀਦ ਹੋਇਆ, ਇੱਕ 1713 ਵਿੱਚ ਸ਼ਹੀਦ ਹੋਇਆ, ਅਤੇ ਇੱਕ ਜਿਹੜਾ ਆਖਰੀ ਹੈ ਭਾਈ ਹਾਠੂ ਸਿੰਘ 1758 ਵਿੱਚ ਸ਼ਹੀਦ ਹੋਇਆ। ਜਦੋਂ ਭਾਈ ਚਿੱਤਰ ਸਿੰਘ ਜੀ ਸ਼ਹੀਦ ਹੋਏ ਉਦੋਂ 1734 ਵਿੱਚ, ਇਹਦੇ ਦੋ ਪੁੱਤ ਇਹਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਚੁੱਕੇ ਨੇ, ਇਹਦੇ ਦੋ ਪੁੱਤ ਇਹਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਚੁੱਕੇ ਨੇ। ਭਾਈ ਮਨੀ ਸਿੰਘ ਦੇ ਦੋ ਪੋਤਰੇ ਸ਼ਹੀਦ ਹੋ ਚੁੱਕੇ ਨੇ ਹੁਣ ਤੱਕ। ਬੇਨਤੀ ਕਰਾਂ, ਗੱਲ ਅੱਗੇ ਤੋਰਾਂ, ਭਾਈ ਜਗਤ ਸਿੰਘ ਦਾ ਇਤਿਹਾਸ ਨਹੀਂ ਮਿਲਦਾ, ਬਾਕੀ ਤਿੰਨ ਪੁੱਤ ਜਿਹੜੇ ਨੇ ਉਹ ਫਿਰ ਅੱਗੇ ਪੰਥ ਲਈ ਸ਼ਹੀਦ ਆਉਂਦੇ ਨੇ। ਗੱਲ ਮੈਂ ਭਾਈ ਬਚਿੱਤਰ ਸਿੰਘ ਹੋਰਾਂ ਦੀ ਕਰਨ ਲੱਗਾ ਸਾਂ। ਭਾਈ ਬਚਿੱਤਰ ਸਿੰਘ ਹੋਰਾਂ ਦਾ ਜਨਮ 12 ਅਪ੍ਰੈਲ 1663 ਵਿੱਚ, ਯਾਦ ਰੱਖਣ ਯੋਗ ਬਾਤ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਤੋਂ 3 ਸਾਲ ਵੱਡੇ ਨੇ। 1666 ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਇਹ 3 ਸਾਲ ਵੱਡੇ ਨੇ ਹਜ਼ੂਰ ਦੇ। ਤੇ ਇਹ ਭਾਈ ਬਚਿੱਤਰ ਸਿੰਘ ਹੋਰੀ 1663 ਵਿੱਚ ਇਹਨਾਂ ਦਾ ਪ੍ਰਕਾਸ਼ ਹੁੰਦਾ ਹੈ, ਤੇ ਇਹਨਾਂ ਦਾ ਜਨਮ ਵੀ ਇਸੇ ਹੀ ਆਪਣੇ ਪਿਤਾ ਵਾਲੇ ਪਿੰਡ, ਆਪਣੇ ਪਿਤਾ ਵਾਲੇ ਨਗਰ ਅਲੀਪੁਰ ਮੁਜ਼ੱਫਰਗੜ੍ਹ ਦੇ ਵਿੱਚ ਹੁੰਦਾ ਹੈ। ਤੇ ਇਹ ਵੀ ਆਪਣੇ ਪਿਤਾ ਦੇ ਕੋਲੋਂ ਇੱਕ ਗੁਰਮਤ ਦੀ ਗੁੜਤੀ ਲੈ ਕੇ ਛੋਟੀ ਉਮਰੇ ਹੀ ਕਲਗੀਧਰ ਪਿਤਾ ਜੀ ਮਹਾਰਾਜ ਦੇ ਚਰਨਾਂ ਵਿੱਚ ਆ ਗਏ। ਸਤਿਗੁਰੂ ਦੇ ਦਰ ਨਾਲ ਆ ਕੇ ਇਹਨਾਂ ਨੇ ਵੀ ਆਪਣੇ ਜੀਵਨ ਦੀ ਸਾਂਝ ਪਾ ਲਈ, ਲੰਮਾ ਸਮਾਂ ਗੁਰੂ ਦੇ ਦਰ ਨਾਲ ਜੁੜ ਕੇ ਆਪਣੀ ਜ਼ਿੰਦਗੀ ਗੁਜ਼ਾਰਦੇ ਰਹੇ। ਇਹ ਗੱਲ ਚੇਤਾ ਰੱਖਣ ਵਾਲੀ ਬਾਤ ਹੈ, ਇਹ ਜਿਤਨੇ ਵੀ ਗੁਰੂ ਸੂਰਮੇ ਹੋਏ ਨੇ, ਇੱਕ ਤੇ ਮੁਸ਼ਕਲ ਇਹ ਨਾ ਵੀ ਅੱਜ ਇਹ ਦੋਵੇਂ ਗੱਲਾਂ ਵੰਡ ਦਿੱਤੀਆਂ ਗਈਆਂ, ਮੈਂ ਇੱਥੇ ਬਹੁਤ ਧਿਆਨ ਦਿਵਾਉਣਾ ਚਾਹੁੰਦਾ ਤੁਹਾਡਾ, ਅੱਜ ਦੋਵੇਂ ਗੱਲਾਂ ਵੰਡ ਦਿੱਤੀਆਂ ਗਈਆਂ। ਅੱਜ ਬੰਦਗੀ ਕਰਨ ਵਾਲਿਆਂ ਦਾ ਰਸਤਾ ਕੁਝ ਵੱਖਰਾ ਹੈ,
ਤੇ ਐਵੇਂ ਸ਼ਹਾਦਤਾਂ ਦੇਣ ਵਾਲਿਆਂ ਦਾ ਰਸਤਾ ਕੁਝ ਵੱਖਰਾ ਹੈ, ਸਾਨੂੰ ਇਉਂ ਪ੍ਰਤੀਤ ਹੁੰਦਾ। ਪਰ ਪੁਰਾਣੇ ਸਮੇਂ ਵਿੱਚ ਜਿਵੇਂ ਇਉਂ ਬੇਨਤੀ ਕਰਦੇ ਹਾਂ, ਪਹਿਲੇ ਸਮੇਂ ਵਿੱਚ ਇਹ ਦੋਵੇਂ ਚੀਜ਼ਾਂ ਇਕੱਠੀਆਂ ਸਨ। ਇੱਕ ਗੱਲ ਗੁਰੂ ਕੀ ਬਾਣੀ ਵਿੱਚੋਂ ਕਵਾਂ, ਫਿਰ ਗੱਲ ਨੂੰ ਅੱਗੇ ਤੁਰਨੇ ਆ। ਇਹ ਗੱਲ ਧਿਆਨ ਦੇਣ ਯੋਗ ਬਾਤ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਰੱਬੀ ਬਾਣੀ ਵਿੱਚ ਇੱਕ ਬਚਨ ਬਖਸ਼ਿਸ਼ ਕੀਤਾ, ਕਹਿਣ ਲੱਗੇ ਜਿਨ੍ਹਾਂ ਦੇ ਅੰਦਰ ਇਹ ਚਾਹ ਪੈਦਾ ਹੋ ਜਾਏ, ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਜਿਨ੍ਹਾਂ ਦੇ ਅੰਦਰ ਰੱਬੀ ਗੁਣ ਗਾਉਣ ਦਾ ਚਾਹ ਪੈਦਾ ਹੋ ਜਾਏ, ਜਿਨ੍ਹਾਂ ਦੇ ਅੰਦਰ ਪ੍ਰੀਤ ਪੈਦਾ ਹੋ ਜਾਏ, ਜਿਨ੍ਹਾਂ ਦੇ ਅੰਦਰ ਸਨੇਹ ਪੈਦਾ ਹੋ ਜਾਏ ਪਿਆਰ ਵਾਲਿਓ, ਫਿਰ ਉਹੀਓ ਇੱਕ ਦਿਨ ਉਸ ਚਾਹ ਤੱਕ ਪਹੁੰਚ ਸਕਦਾ ਜਿਹੜਾ ਕਹਿ ਸਕਦਾ ਕਬੀਰ ਮੋਹੇ ਮਰਨੇ ਕਾ ਚਾਓ ਹੈ। ਜਿਹਨੇ ਕਦੇ ਚਾਓ ਨਾਲ ਗੁਣ ਨਹੀਂ ਨਾ ਗਾਏ, ਉਹਨੇ ਕਦੇ ਚਾਉ ਨਾਲ ਮੌਤ ਵੀ ਨਹੀਂ ਕਬੂਲੀ। ਜਿਹਨੇ ਕਦੇ ਚਾਹ ਨਾਲ ਗੁਣ ਨਹੀਂ ਨਾ ਗਾਏ, ਉਹ ਕਦੇ ਮਾਲਕ ਦੇ ਚਰਨਾਂ ਵਿੱਚ ਜੁੜ ਵੀ ਨਹੀਂ ਸਕਿਆ। ਮੈਂ ਸਿਰਫ ਇੱਕ ਛੋਟੀ ਜਿਹੀ ਬੇਨਤੀ ਇੱਥੇ ਕਰਦੇ ਹਾਂ, ਬਾਕੀ ਅੱਗੇ ਚੱਲਣੇ। ਜਦੋਂ ਤੱਕ ਹਿਰਦੇ ਵਿੱਚ ਰੱਬ ਦੇ ਗੁਣਾਂ ਦੇ ਪ੍ਰਤੀ ਪ੍ਰੀਤ ਪੈਦਾ ਨਾ ਹੋਵੇ, ਪਿਆਰ ਪੈਦਾ ਨਾ ਹੋਵੇ, ਉਦੋਂ ਤੱਕ ਉਹ ਬੰਦਾ ਆਪਣੀ ਜ਼ਿੰਦਗੀ ਦੇ ਅੰਦਰ ਉਸ ਮੌਤ ਦੀ ਗੱਲ ਨੂੰ ਸਮਝ ਨਹੀਂ ਪਾਏਗਾ। ਸਤਿਗੁਰ ਦੀ ਬਾਣੀ ਦੇ ਇੱਕ ਬਚਨ ਹੋਰ ਕਹਿੰਦੇ ਆ, ਜੇ ਮਰਨੇ ਸਭ ਜਗਤ ਤਰਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਜਿਹੜੇ ਮਰਨੇ ਤੋਂ ਦੁਨੀਆਂ ਡਰਦੀ ਫਿਰਦੀ ਹੈ, ਉਹ ਮਰਨਾ ਗੁਰੂ ਕੇ ਪਿਆਰਿਆਂ ਨੇ ਆਪ ਮੁੱਲ ਖਰੀਦਿਆ, ਉਹਨਾਂ ਨੇ ਆਪ ਮੁੱਲ ਖਰੀਦਿਆ। ਉਹਨਾਂ ਦੀ ਮੌਤ ਸੁਭਾਵਕ ਨਹੀਂ ਹੈ, ਉਹਨਾਂ ਨੇ ਆਪਣੀ ਮੌਤ ਖਰੀਦੀ ਹੈ ਆਪਣੀ ਜ਼ਿੰਦਗੀ ਦੇ ਅੰਦਰ। ਸ਼ਹੀਦ ਹੁੰਦਾ ਹੀ ਉਹ ਹੈ ਜਿਹੜਾ ਆਪਣੀ ਜ਼ਿੰਦਗੀ 'ਚ ਇੱਕ ਅਜਿਹਾ ਬੂਟਾ ਲਾ ਜਾਂਦਾ ਜਿਹਦੀ ਛਾਂ ਉਹ ਖੁਦ ਨਹੀਂ ਮਾਣਦਾ, ਉਹਦੀਆਂ ਆਉਣ ਵਾਲੀਆਂ ਪਨੀਰੀਆਂ ਮਾਣਦੀਆਂ ਨੇ। ਸ਼ਹੀਦ ਇੱਕ ਐਸਾ ਬੂਟਾ ਲਾ ਜਾਂਦਾ। ਖੈਰ, ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ, ਇਹ ਭਾਈ ਬਚਿੱਤਰ ਸਿੰਘ ਰੱਜ ਕੇ ਧਰਮੀ ਅਤੇ ਗੁਰੂ ਦੀ ਬੰਦਗੀ ਕਰਨ ਵਾਲਾ ਪੁਰਖ ਹੈ। ਅੱਜ ਇੱਕ ਵਕਤ ਆਇਆ ਜਦੋਂ 1700 ਸਨ, ਉਦੋਂ ਲੋਹਗੜ੍ਹ ਕਿਲ੍ਹੇ ਨੂੰ ਘੇਰਾ ਪਾ ਲਿਆ। ਭੀਮ ਚੰਦ ਦੇ ਪੁੱਤਰ ਅਜਮੇਰ ਚੰਦ ਅਤੇ ਕੁਝ ਪਹਾੜੀ ਰਾਜਿਆਂ ਨੇ ਇਕੱਠੇ ਹੋ ਕੇ ਇਸ ਥਾਂ ਨੂੰ ਘੇਰਾ ਪਾ ਲਿਆ। ਘੇਰਾ ਪਾ ਕੇ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ, ਭਾਈ ਹੋਰ ਕੋਈ ਸਾਧਨ ਨਹੀਂ ਸਾਡੇ ਕੋਲ, ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਆਪਣੇ ਵੱਲੋਂ ਇੱਕ ਮਸਤ ਹਾਥੀ ਉਹਨੂੰ ਸ਼ਰਾਬ ਪਿਲਾ ਕੇ ਤੇ ਉਹਦੇ ਉੱਤੇ ਤਵੀਆਂ ਬੰਨ ਕੇ ਇਸ ਕਿਲ੍ਹੇ ਦੇ ਕੋਲ ਲੈ ਕੇ ਆਏ ਨੇ। ਇਸ ਭਾਵਨਾ ਦੇ ਨਾਲ ਲੈ ਕੇ ਆਏ ਨੇ ਭਈ ਇਹ ਜਿਹੜਾ ਹਾਥੀ ਹੈ ਨਾ, ਇਹ ਇਸ ਕਿਲ੍ਹੇ ਦੇ ਇਸ ਦਰਵਾਜ਼ੇ ਨੂੰ ਤੋੜ ਦੇਵੇਗਾ ਤੇ ਸਾਨੂੰ ਅੰਦਰ ਜਾਣਾ ਸੌਖਾ ਹੋ ਜਾਏਗਾ। ਇਹ ਗੱਲ ਚੇਤੇ ਰੱਖਣ ਵਾਲੀ ਹੈ, ਅਨੰਦਪੁਰ ਸਾਹਿਬ ਦੀ ਧਰਤੀ ਉੱਤੇ 5 ਕਿਲ੍ਹੇ ਨੇ। ਕਦੇ ਵਕਤ ਮਿਲਿਆ ਉਹਨਾਂ ਦੀ ਗੱਲ ਫਿਰ ਬਾਅਦ ਵਿੱਚ ਕਰਾਂਗਾ, ਪਰ ਅੱਜ ਮੈਂ ਸਿਰਫ ਲੋਹਗੜ੍ਹ ਦੀ ਗੱਲ ਕਰਨੀ ਚਾਹੁੰਦਾ। ਲੋਹਗੜ੍ਹ ਉਹ ਅਸਥਾਨ ਹੈ, ਵੈਸੇ ਤਾਂ ਲੋਹ ਦੇ ਨਾਲ ਸਿੱਖ ਦਾ ਵੈਸੇ ਹੀ ਬੜਾ ਸਨੇਹ ਹੈ। ਗੁਰੂ ਸਾਹਿਬ ਨੇ ਕਿਰਪਾ ਹੀ ਕੀਤੀ ਸੀ, ਮੈਂ ਵਿੱਚੋਂ ਛੋਟੇ ਜਿਹੇ ਦ੍ਰਿਸ਼ਟਾਂਤ ਦੇ ਦੀਆਂ, ਗੱਲ ਸਮਝ ਵਿੱਚ ਆ ਜਾਏ ਤਾਂ ਕਰਕੇ ਬੇਨਤੀ ਕਰਨ ਲੱਗਾ। ਚੇਤਾ ਰੱਖਣ ਵਾਲੀ ਬਾਤ ਹੈ, ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਕਿਲ੍ਹਾ ਬਣਾਇਆ, ਲੋਹਗੜ੍ਹ ਪਾਵਨ ਅਸਥਾਨ। ਤੇ ਕਲਗੀਧਰ ਪਿਤਾ ਨੇ ਵੀ ਪਿਓ ਦਾਦੇ ਜੇਵਿਆ ਪੋਤਾ ਪ੍ਰਵਾਨ, ਕਹਿਣ ਲੱਗੇ ਜਿਹੋ ਜਿਹਾ ਦਾਦਾ ਉਹ ਜਿਹਾ ਪੋਤਾ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਨੇ। ਤੇ ਉਹਨਾਂ ਨੇ ਵੀ ਆਪਣੇ ਵੇਲੇ ਹੁਣ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਲੋਹਗੜ੍ਹ ਕਿਲ੍ਹਾ ਬਣਾਇਆ।
ਤੇ ਸਤਿਗੁਰੂ ਨੇ ਕਿਰਪਾ ਕੀਤੀ। ਕਲੋਨ ਗੱਲ ਨਾਲ ਸਾਡਾ ਵੈਸੇ ਵੀ ਬਹੁਤ ਜ਼ਿਆਦਾ ਗਹਿਰਾ ਸੰਬੰਧ ਹੈ, ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਜੇ ਸਾਨੂੰ ਕੜਾ ਦਿੱਤਾ ਉਹ ਵੀ ਲੋਹੇ ਦਾ ਦਿੱਤਾ। ਜਦੋਂ ਹਜ਼ੂਰ ਗੰਗਾ ਦੇ ਕਿਨਾਰੇ ਖੇਡਦੇ ਸਨ ਉਦੋਂ ਉਹਨਾਂ ਦੇ ਹੱਥ ਵਿੱਚ ਤੋਂ ਕੀਮਤੀ ਕੰਗਣ ਪਾਏ ਹੋਏ ਨੇ ਕਲਗੀਧਰ ਪਿਤਾ ਦੇ, ਤੇ ਉਹਨਾਂ ਨੇ ਇੱਕ ਕੰਗਣ ਵਗਾ ਕੇ ਮਾਰਿਆ। ਜਦੋਂ ਕੰਗਣ ਵਗਾ ਕੇ ਮਾਰਿਆ, ਸੇਵਕਾਂ ਨੇ ਜਾ ਕੇ ਸ਼ਿਕਾਇਤ ਕੀਤੀ ਮਾਤਾ ਕੋਲ, ਮਾਤਾ ਜੀ ਆਏ ਨੇ, ਮਾਤਾ ਜੀ ਨੇ ਆ ਕੇ ਬੱਚਨ ਪੁੱਛਿਆ, ਪੁੱਤ ਵੇ ਕੰਗਣ ਕਿੱਥੇ ਸੁੱਟਿਆ? ਸਾਹਿਬਾਂ ਨੇ ਦੂਜਾ ਕੰਗਣ ਕੱਢਿਆ ਹੱਥ ਵਿੱਚੋਂ, ਵਗਾ ਕੇ ਉਹ ਮਾਰਿਆ। ਕਹਿਣ ਲੱਗੇ, ਮਾਂ ਮੈਂ ਉੱਥੇ ਸੁੱਟਿਆ। ਮਾਂ ਕਹਿਣ ਲੱਗੀ, ਪੁੱਤ ਪਹਿਲਾ ਕੰਗਣ ਤੇ ਚਲੋ ਅਣਜਾਣ ਪੁਣੇ ਚ ਚਲਾ ਗਿਆ, ਪਰ ਤੂੰ ਦੂਜਾ ਕੰਗਣ ਵੀ ਸੁੱਟ ਦਿੱਤਾ, ਇਹ ਤੇ ਜਾਣ ਕੇ ਸੁੱਟਿਆ। ਨਿਕਲੇ ਪ੍ਰੀਤਮ ਦੀਆਂ ਗੱਲਾਂ ਵੱਡੀਆਂ ਉਹ ਬਣ ਗਈਆਂ, ਮੈਂ ਸਮਝਣਾ ਚਾਹੁੰਦੀ ਤੂੰ ਕਾਰਨ ਕੀ ਹੈ। ਸਾਹਿਬ ਨੇ ਇੱਕ ਜਵਾਬ ਦਿੱਤਾ ਸੀ, ਕਹਿਣ ਲੱਗੇ, ਮਾਂ ਜਿਹੜੀ ਸਿੱਖੀ ਆਪਾਂ ਗੱਲ ਕਰਨੀ ਉਹ ਭਾਈ ਲਾਲੋ ਦੇ ਘਰੋਂ ਸ਼ੁਰੂ ਹੁੰਦੀ ਹੈ, ਤੇ ਭਾਈ ਲਾਲੋ ਕੋਲ ਤਾਕਤ ਨਹੀਂ ਉਹ ਸੋਨੇ ਦੇ ਕੜੇ ਪਾ ਸਕੇ, ਉਹ ਤੇ ਲੋਹੇ ਦੇ ਕੜੇ ਪਾਏਗਾ। ਸਿੱਖੀ ਤਾਂ ਭਾਈ ਲਾਲੋ ਦੇ ਘਰੋਂ ਸ਼ੁਰੂ ਹੋਣੀ ਹੈ, ਇਸ ਲਈ ਮੈਂ ਉਹ ਕੜੇ ਜਿਹੜੇ ਨੇ ਨਾ ਸੋਨੇ ਦੇ ਸੁੱਟ ਕੇ ਸਿੱਖ ਨੂੰ ਅੱਤ ਦਾ ਪਿਆਰਾ ਕੜਾ ਮੈਂ ਲੋਹੇ ਦਾ ਦਵਾਂਗਾ, ਜਿਹੜਾ ਇਹ ਗੁਰੂ ਨੂੰ ਯਾਦ ਰੱਖਣ ਵਾਲਾ ਹੋਵੇਗਾ। ਸਾਹਿਬ ਨੇ ਉਦੋਂ ਕਿਰਪਾ ਕੀਤੀ, ਇਹ ਲੋਹ ਦੀ ਦਾਤ ਬਖਸ਼ਿਸ਼ ਕੀਤੀ। ਜੇ ਕਿਰਪਾਨ ਦੀ ਗੱਲ ਕਰੀਏ ਉਹ ਸਰਬਲੋਹ ਦੀ ਦਾਤ ਬਖਸ਼ਿਸ਼ ਕੀਤੀ। ਜਿਹੜੇ ਬਾਟੇ ਵਿੱਚੋਂ ਸਿੱਖ ਦਾ ਧਾਰਮਿਕ ਜਨਮ ਹੁੰਦਾ ਉਹ ਬਾਟਾ ਵੀ ਲੋਹੇ ਦਾ, ਜਿਹੜੇ ਖੰਡੇ ਨਾਲ ਅੰਮ੍ਰਿਤ ਤਿਆਰ ਕੀਤਾ ਜਾਂਦਾ, ਖੰਡੇ ਦੀ ਪਹੁਲ ਨੂੰ ਤਿਆਰ ਕੀਤਾ ਜਾਂਦਾ ਉਹ ਵੀ ਲੋਹੇ ਦੀ ਹੈ। ਤਾਂ ਸੱਚ ਜਾਣਿਓ, ਇੱਕ ਮੈਂ ਦੂਜੇ ਅੱਖਰਾਂ ਵਿੱਚ ਬੇਨਤੀ ਕਰਦੇ ਹਾਂ, ਸਿੱਖ ਦਾ ਜਨਮ ਹੀ ਖੰਡੇ ਬਾਟੇ ਦੇ ਲੋਹੇ ਨਾਲ ਸੰਬੰਧਿਤ ਹੋਣ ਕਰਕੇ ਇਹ ਕਦੇ ਲੋਹਗੜ੍ਹ ਨੂੰ ਭੁੱਲ ਨਹੀਂ ਸਕਦਾ। ਇੱਥੇ ਹੁਣ ਉਹਨਾਂ ਨੇ ਆਪਣੇ ਵੱਲੋਂ ਘੇਰਾ ਪਾ ਲਿਆ, ਘੇਰਾ ਪਾ ਕੇ ਇੱਕ ਮਸਤ ਹਾਥੀ ਲੈ ਆਉਂਦਾ ਸ਼ਰਾਬ ਪਿਲਾ ਕੇ, ਤੇ ਉਹਨੂੰ ਆਪਣੇ ਵੱਲੋਂ ਕੋਸ਼ਿਸ਼ ਕੀਤੀ ਵੀ ਇਹ ਕਿਲੇ ਦਾ ਦਰਵਾਜ਼ਾ ਤੋੜ ਦੇਵੇ, ਕਿਲੇ ਦਾ ਦਰਵਾਜ਼ਾ ਤੋੜੇਗਾ ਤੇ ਅੰਦਰ ਜਾ ਕੇ ਅਸੀਂ ਆਪਣੇ ਵੱਲੋਂ ਇਸ ਉੱਤੇ ਕਬਜ਼ਾ ਕਰਕੇ ਕਲਗੀਧਰ ਪਿਤਾ ਤੇ ਉਹਨਾਂ ਦੀਆਂ ਫੌਜਾਂ ਨੂੰ ਇੱਥੋਂ ਕੱਢ ਦਿਆਂਗੇ। ਸਤਿਗੁਰਾਂ ਨੂੰ ਇੱਕ ਦਿਨ ਪਹਿਲਾਂ ਪਤਾ ਲੱਗ ਗਿਆ, ਇੱਕ ਦਿਨ ਪਹਿਲਾਂ ਹਜ਼ੂਰ ਨੂੰ ਪਤਾ ਲੱਗ ਗਿਆ ਭਈ ਇੱਥੇ ਇਹਨਾਂ ਨੇ ਆਪਣੇ ਵੱਲੋਂ ਹਾਥੀ ਲਿਆ ਕੇ ਤੇ ਉਹਦੇ ਵੱਲੋਂ ਕੋਸ਼ਿਸ਼ ਕਰਨੀ ਹੈ ਇਸ ਦਰਵਾਜ਼ੇ ਨੂੰ ਤੋੜਵਾਉਣ ਦੀ। ਸਤਿਗੁਰਾਂ ਨੂੰ ਪਤਾ ਲੱਗਿਆ, ਹਜ਼ੂਰ ਕਲਗੀਧਰ ਪਿਤਾ ਜੀ ਮਹਾਰਾਜ ਨੇ ਉਸੇ ਵੇਲੇ ਆਪਣੇ ਵੱਲੋਂ ਕੋਸ਼ਿਸ਼ ਕੀਤੀ, ਬਚਨ ਆਖਿਆ। ਕਹਿਣ ਲੱਗੇ, ਕੋਈ ਗੱਲ ਨਹੀਂ, ਫਿਕਰ ਨਾ ਕਰੋ ਪਿਆਰਿਓ, ਸਾਨੂੰ ਰੱਬ ਤੇ ਭਰੋਸਾ ਹੈ ਤੇ ਸਾਡੇ ਕੋਲ ਵੀ ਇੱਕ ਹਾਥੀ ਹੈਗਾ। ਇੱਕ ਮੈਂ ਇੱਥੇ ਬੇਨਤੀ ਕਰਾਂ, ਕਈ ਥਾਵਾਂ ਦੇ ਉੱਤੇ ਗੁਰੂ ਕੀ ਬਾਣੀ ਦੇ ਅਰਥ ਗੁਰੂ ਕੇ ਸਿੱਖਾਂ ਕੋਲੋਂ ਗੁਰੂ ਨੇ ਕਰਵਾ ਦਿੱਤੇ ਨੇ। ਇੱਥੇ ਇੱਕ ਪੰਕਤੀ ਕਹਿਣ ਲੱਗਿਆ, ਦਾਗੇ ਹੋਏ ਸੋ ਰਣ ਮੈਂ ਜੂਝੈ, ਬਿਨ ਦਾਗੇ ਭੰਗ ਜਾਹੀ। ਜਿਨ੍ਹਾਂ ਦੇ ਅੰਦਰ ਗੁਰੂ ਦਾ ਵਿਸ਼ਵਾਸ ਹੁੰਦਾ ਪਿਆਰ ਵਾਲਿਓ, ਉਹੋ ਰਣ ਤੱਤੇ ਵਿੱਚ ਜੂਝ ਸਕਦੇ ਨੇ। ਜਿਨ੍ਹਾਂ ਦੇ ਅੰਦਰ ਸਿਰਕ ਭਰੋਸਾ ਨਹੀਂ ਹੁੰਦਾ ਉਹ ਜੰਗ ਦੇ ਮੈਦਾਨ ਵਿੱਚੋਂ ਜਿੱਤੇ ਹੋਏ ਵੀ ਬਾਜੀ ਹਾਰ ਜਾਇਆ ਕਰਦੇ ਨੇ। ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਵਿੱਚੋਂ ਹੋਰ ਦੇ ਦੀਆਂ ਗੱਲ ਚੱਲਦੀ ਵਿੱਚੋਂ ਚਿੱਤੇ ਆ ਜਾਂਦੀ ਹੈ। ਇੱਥੇ ਕਲਗੀਧਰ ਪਿਤਾ ਜੀ ਮਹਾਰਾਜ ਦਾ ਲੱਖ ਤੇ ਜ਼ਿਕਰ, ਬਾਬਾ ਅਜੀਤ ਸਿੰਘ ਜਦੋਂ ਚਮਕੌਰ ਦੀ ਗੜੀ ਵਿੱਚ ਹੈ, ਚਾਰੇ ਪਾਸਿਆਂ ਤੋਂ ਫੌਜ ਦਾ ਘੇਰਾ ਪਿਆ ਹੋਇਆ ਤੇ ਉਦੋਂ ਚਮਕੌਰ ਦੀ ਗੜੀ ਦੇ ਅੰਦਰ ਇੱਕ ਨੁਮਾਇੰਦਾ ਭੇਜਿਆ ਗਿਆ, ਬਾਹਰੀ ਸਰਕਾਰ ਵੱਲੋਂ ਇੱਕ ਨੁਮਾਇੰਦਾ ਭੇਜਿਆ ਗਿਆ। ਉਹਨੇ ਜਾ ਕੇ ਇੱਕ ਗੱਲ ਆਖੀ, ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਵੀ ਤੁਸੀਂ ਕਿਰਪਾ ਕਰੋ, ਤੁਹਾਡੇ ਕੋਲ ਸਿੱਖ ਉਹ ਥੋੜੇ, ਇਹ ਵੀ ਭੁੱਖੇ,
ਨਾ ਤੁਹਾਡੇ ਕੋਲ ਰਾਸ਼ਨ ਪਾਣੀ, ਨਾ ਤੁਹਾਡੇ ਕੋਲ ਰਹਿਣ ਸਹਿਣ ਦਾ ਪ੍ਰਬੰਧ, ਨਾ ਤੁਹਾਡੇ ਕੋਲ ਇਹੋ ਜਿਹੀ ਸਰਦੀ ਵਿੱਚ ਕੱਪੜੇ ਦਾ ਪ੍ਰਬੰਧ, ਨਾ ਤੁਹਾਡੇ ਕੋਲ ਕੋਈ ਸ਼ਸਤਰ, ਨਾ ਤੁਹਾਡੇ ਕੋਲ ਕਿਤੋਂ ਆਉਣ ਦੀ ਆਸ ਫੌਜ ਦੀ, ਤੇ ਤੁਸੀਂ ਇੰਨੇ ਕੁ ਬੰਦੇ ਹੋ, ਚੰਗਾ ਹੋਵੇ ਜੇ ਹੱਥ ਖੜੇ ਕਰਕੇ ਬਾਹਰ ਆ ਜਾਓ, ਅਸੀਂ ਤੁਹਾਨੂੰ ਗ੍ਰਿਫਤਾਰ ਕਰ ਲਈਏ, ਮੁੜ ਕੇ ਕੁਝ ਨਹੀਂ ਕਵਾਂਗੇ, ਤੁਸੀਂ ਆਪੋ ਆਪਣੇ ਥੋੜੇ ਸਮੇਂ ਬਾਅਦ ਅਸੀਂ ਤੁਹਾਨੂੰ ਛੱਡ ਦਿਆਂਗੇ। ਅਸੀਂ ਹੈਰਾਨ ਹੈ ਵੀ ਤੁਹਾਡੇ ਕੋਲ ਸਿੱਖ ਕੋਈ ਨਹੀਂ, ਫੌਜ ਕੋਈ ਨਹੀਂ, ਖਾਣ ਨੂੰ ਕੁਝ ਨਹੀਂ, ਪਹਿਨਣ ਨੂੰ ਕੁਝ ਨਹੀਂ, ਤੇ ਤੁਹਾਡੇ ਕੋਲ ਸ਼ਸਤਰ ਵੀ ਕੋਈ ਨਹੀਂ, ਫਿਰ ਵੀ ਤੁਸੀਂ ਲੜਾਈ ਲਈ ਅੜੇ ਬੈਠੇ ਹੋ। ਉਦੋਂ ਬਾਬਾ ਅਜੀਤ ਸਿੰਘ ਹੋਰਾਂ ਨੇ ਕਿਰਪਾਨ ਤੇ ਹੱਥ ਰੱਖਿਆ ਤੇ ਕਿਰਪਾਨ ਧੂ ਕੇ ਇੱਕ ਗੱਲ ਆਖੀ, ਕਹਿਣ ਲੱਗੇ ਮੇਰੇ ਪਿਓ ਦਾ ਬਚਨ ਹੈ, ਕਿਸੇ ਆਏ ਹੋਏ ਦੇ ਉੱਤੇ ਇਵੇਂ ਵਾਰ ਨਹੀਂ ਕਰਨਾ, ਵਰਨਾ ਸੱਜਣਾ ਤੈਨੂੰ ਮੈਂ ਦਿਖਾ ਦਿੰਦਾ ਭਾਈ ਸਾਡੇ ਕੋਲ ਕੀ ਕੁਝ ਹੈ, ਤੂੰ ਆਪਣੀ ਅੱਖ ਨਾਲ ਵੇਖਣਾ ਸਾਡੇ ਕੋਲ ਰਾਸ਼ਨ ਨਹੀਂ, ਤੂੰ ਆਪਣੀ ਅੱਖ ਨਾਲ ਵੇਖਣਾ ਸਾਡੇ ਕੋਲ ਹਥਿਆਰ ਨਹੀਂ, ਤੂੰ ਆਪਣੀ ਅੱਖ ਨਾਲ ਵੇਖਣਾ ਸਾਡੇ ਕੋਲ ਰਹਿਣ ਸਹਿਣ ਦਾ ਚੰਗਾ ਪ੍ਰਬੰਧ ਨਹੀਂ, ਉਹ ਭਲਿਆ ਸਾਡੇ ਕੋਲ ਸਭ ਤੋਂ ਵੱਡੀ ਸਾਡੇ ਗੁਰੂ ਤੇ ਭਰੋਸਾ ਹੈ। ਇਹ ਗੱਲ ਚੇਤਾ ਰੱਖਿਓ, ਕਦੇ ਜੰਗ ਦੇ ਮੈਦਾਨ ਵਿੱਚ ਹਥਿਆਰ ਨਹੀਂ ਲੜਿਆ ਕਰਦੇ, ਬੇਨਤੀ ਕਰਦੇ ਅੱਛਾ ਇਹ ਕਦੇ ਚੇਤਾ ਰੱਖਿਓ, ਜੰਗ ਦੇ ਮੈਦਾਨ ਵਿੱਚ ਕਦੇ ਹਥਿਆਰ ਨਹੀਂ ਲੜਿਆ ਕਰਦੇ, ਜੰਗ ਦੇ ਮੈਦਾਨ ਵਿੱਚ ਕਦੇ ਫੌਜਾਂ ਨਹੀਂ ਲੜਿਆ ਕਰਦੀਆਂ, ਜੰਗ ਦੇ ਮੈਦਾਨ ਵਿੱਚ ਸੱਜਣਾ ਹੌਸਲੇ ਲੜਿਆ ਕਰਦੇ ਨੇ, ਜੇ ਹੌਸਲੇ ਟਹਿ ਜਾਣ, ਲੋਕ ਜਿੱਤੇ ਹੋਏ ਵੀ ਹਾਰਦੇ ਵੇਖੇ ਨੇ, ਜਾਂ ਕਹਿੰਦੇ ਆਪਣੇ ਬੰਦੇ ਨੂੰ ਭਈ ਅਸੀਂ ਭਾਵੇਂ 40 ਹੈ ਲੇਕਿਨ ਚੇਤਾ ਰੱਖੀ ਤੇਰੀ 10 ਲੱਖ ਦੀ ਫੌਜ ਦੇ ਸਾਹਮਣੇ ਹੱਥ ਖੜੇ ਨਹੀਂ ਕਰਕੇ ਜਾਵਾਂਗੇ, ਆਪਣਾ ਆਪਾ ਵਾਰ ਕੇ ਜਾਵਾਂਗੇ, ਸਾਨੂੰ ਭਾਵੇਂ ਮੌਤ ਸਾਹਮਣੇ ਦਿਸਦੀ ਹੈ ਪਰ ਮੌਤ ਖਰੀਦਾਂਗੇ, ਉਹ ਸੱਜਣਾ ਤੇਰੇ ਦਰ ਤੋਂ ਮੌਤ ਮੰਗਾਂਗੇ ਨਹੀਂ, ਮੌਤ ਦੀ ਭੀਖ ਨਹੀਂ ਮੰਗਾਂਗੇ। ਕਹਿਣ ਤੋਂ ਮੁਰਾਦ, ਅੱਜ ਗੁਰੂ ਨੇ ਆਪਣੇ ਵੇਲੇ ਇੱਕ ਅਰਥ ਕਰਕੇ ਵਿਖਾਇਆ, ਜਿਹਨਾਂ ਨੂੰ ਗੁਰੂ ਤੇ ਭਰੋਸਾ ਹੁੰਦਾ ਹੈ। ਮੈਂ ਫਿਰ ਇੱਕ ਗੱਲ ਰੋਕਣ ਲੱਗਾ, ਖਿਮਾ ਕਰਿਓ ਜੇ, ਕਈ ਵਾਰੀ ਗੱਲਾਂ ਇਹੋ ਜਿਹੀਆਂ ਨੇ ਨਾ ਜਿਹੜੀਆਂ ਬਰਾਬਰ ਇਤਿਹਾਸ ਤੇ ਮਿਲਾ ਮਿਲਾ ਕੇ ਪੜ੍ਹੀਏ ਨਾ ਤਾਂ ਬੜਾ ਆਨੰਦ ਆਏਗਾ। ਜਦੋਂ ਸਤਿਗੁਰਾਂ ਨੇ ਭੰਗਾਣੀ ਦਾ ਯੁੱਧ ਲੜਿਆ, ਇਹ ਭੰਗਾਣੀ ਦਾ ਯੁੱਧ ਪਹਿਲਾ ਯੁੱਧ ਹੈ, ਯਾਦ ਰੱਖਣ ਯੋਗ ਬਾਤ ਹੈ, ਆਪਾਂ ਲੜੀ ਲੈ ਕੇ ਖੜੇ ਹੋਏ ਹਾਂ ਹਜੇ ਭਾਈ ਬਚਿੱਤਰ ਸਿੰਘ ਹੋਰਾਂ ਦੀ ਕਿਲੇ ਨੂੰ ਲੋਹਗੜ੍ਹ ਕਿਲੇ ਦਾ ਦਰਵਾਜ਼ਾ ਤੋੜਨ ਲੱਗੇ ਨੇ ਹਾਥੀ ਨਾਲ, ਮੈਂ ਉਹਦੀ ਉਦਾਹਰਣ ਦੇਣ ਲੱਗਿਆ, ਵਾਰ ਵਾਰ ਤੁਹਾਡੇ ਨਾਲ ਸਾਂਝੀਆਂ ਕਰਨੇ ਆ, ਗੱਲ ਉੱਥੇ ਹੀ ਧਿਆਨ ਰੱਖਿਓ। ਬੇਨਤੀ ਕਰਨ ਲੱਗਾ, ਸਾ ਭੰਗਾਣੀ ਦਾ ਯੁੱਧ ਪਹਿਲਾ ਯੁੱਧ ਹੈ, ਤੇ ਜਦੋਂ ਭੰਗਾਣੀ ਦੇ ਯੁੱਧ ਵਿੱਚ ਇੱਥੇ ਇੱਕ ਭਾਣਾ ਵਰਤਿਆ ਬੜਾ ਅਜੀਬ, ਪੀਰ ਬੁੱਧੂ ਸ਼ਾਹ ਨੇ 5 ਆਪਣੇ ਵੱਲੋਂ ਇੱਥੇ ਪਠਾਨ ਜਿਹੜੇ ਸਨ ਉਹ ਇੱਥੇ ਭਰਤੀ ਕਰਵਾਏ ਸਨ, ਔਰੰਗਜ਼ੇਬ ਨੇ ਉਹ ਕੱਢ ਦਿੱਤੇ ਸਨ, ਸੀ ਕਿਉਂਕਿ ਔਰੰਗਜ਼ੇਬ ਸ਼ੀਆ ਤੇ ਸੁੰਨੀ ਦੇ ਝਗੜੇ ਕਰਕੇ ਉਹਨੇ ਪਠਾਨ ਕੱਢ ਦਿੱਤੇ ਸਨ, ਇਹ ਪਠਾਨ ਔਰੰਗਜ਼ੇਬ ਦੇ ਕੱਢੇ ਹੋਏ ਪੀਰ ਬੁੱਧੂ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਰਖਾ ਦਿੱਤੇ। ਇਹਨਾਂ 5 ਪਠਾਣਾਂ ਵਿੱਚੋਂ ਇੱਕ ਕੇਵਲ ਤੇ ਕੇਵਲ ਕਾਲੇ ਖਾਂ ਗੁਰੂ ਘਰ ਦਾ ਸ਼ਰਧਾਲੂ ਰਹਿ ਗਿਆ ਸੀ, 4 ਗਦਾਰ ਨਿਕਲ ਗਏ ਸਨ, ਉਹਨਾਂ ਵਿੱਚੋਂ ਗਦਾਰਾਂ ਵਿੱਚੋਂ ਇੱਕ ਹੈ ਹਯਾਤ ਖਾਂ, ਹਯਾਤ ਦਾ ਅਰਥ ਅਸਲ ਵਿੱਚ ਜ਼ਿੰਦਗੀ ਹੁੰਦਾ ਹੈ, ਉਮਰ ਹੁੰਦਾ ਹੈ, ਤੇ ਉਹਨੇ ਹਯਾਤ ਖਾਂ ਵੀ ਗਦਾਰ ਹੋ ਗਿਆ, ਹਯਾਤ ਖਾਂ ਜੰਗ ਦੇ ਮੈਦਾਨ ਵਿੱਚ ਜੰਗ ਲੜ ਰਿਹਾ ਹੈ, ਇੱਧਰਲੇ ਪਾਸੇ ਭੰਗਾਣੀ ਦੇ ਲਾਗੇ ਬਿਲਕੁਲ ਇੱਥੇ ਰੱਬ ਦਾ ਸਬੱਬ, ਇੱਥੇ ਮਹੰਤ ਰਹਿੰਦੇ ਸਨ, ਤੇ ਮਹੰਤਾਂ ਦਾ ਕੰਮ ਸੀ ਮਾਲਾ ਫੇਰਨੀ ਆ, ਗੁਰੂ ਘਰ ਵਿੱਚੋਂ ਲੰਗਰ ਛਕ ਲੈਣਾ, ਆਨੰਦ ਸੀ। ਜਦੋਂ ਇਹਨਾਂ ਨੇ ਦੇਖਿਆ ਵੀ ਇਸ ਤਰ੍ਹਾਂ ਇੱਥੇ ਜੰਗ ਲੜਨੇ ਪੈਂਦੇ ਨੇ, ਉਹਨਾਂ ਵਿੱਚੋਂ ਬਹੁਤੇ ਭੱਜ ਗਏ, ਕੇਵਲ ਤੇ ਕੇਵਲ ਇੱਕ ਕਿਰਪਾਲ ਚੰਦ ਰਹਿ ਗਿਆ, ਕਿਰਪਾਲ ਦਾਸ ਵੀ ਕਈਆਂ ਨੇ ਲਿਖਿਆ, ਕੇਵਲ ਇੱਕ ਮਹੰਤ ਰਹਿ ਗਿਆ ਕਿਰਪਾਲ ਦਾਸ। ਜਦੋਂ ਕਿਰਪਾਲ ਦਾਸ ਰਿਹਾ, ਉਹਨੇ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ, ਕਹਿੰਦੇ ਪਾਤਸ਼ਾਹ
ਤੇਰੇ ਕੋਲੋਂ ਕੋਈ ਹਥਿਆਰ ਵੀ ਨਹੀਂ ਲੈ ਸਕਦਾ ਕਿਉਂਕਿ ਮੈਂ ਚਲਾਉਣਾ ਹੀ ਨਹੀਂ ਜਾਣਦਾ, ਮੈਂ ਤੇ ਉਦਾਸੀਆਂ ਵਿੱਚ ਰਿਹਾ, ਮੇਰੀ ਤਾਂ ਜ਼ਿੰਦਗੀ ਨਾ ਉਦਾਸੀਆਂ ਵਿੱਚ ਗੁਜ਼ਰੀ ਹੈ, ਮੈਂ ਹਥਿਆਰ ਵੀ ਨਹੀਂ ਚਲਾਉਣਾ ਜਾਣਦਾ, ਪਰ ਮੇਰੇ ਕੋਲ ਜਿਹੜਾ ਡੰਡਾ ਹੈ ਮੈਂ ਇਹੀਓ ਡੰਡਾ ਲੈ ਕੇ ਜੰਗ ਦੇ ਮੈਦਾਨ ਵਿੱਚ ਜਾਣਾ ਚਾਹੁੰਦਾ। ਸਾਰੇ ਉਦਾਸੀ ਭਾਵੇਂ ਭੱਜ ਗਏ ਨੇ ਪਰ ਮੈਂ ਨਹੀਂ ਜਾਣਾ ਚਾਹੁੰਦਾ ਪਾਤਸ਼ਾਹ, ਮੈਂ ਜ਼ਿੰਦਗੀ ਤੇਰੇ ਘਰ ਦੀ ਪ੍ਰਸ਼ਾਦਾ ਪਾਣੀ ਛੱਕ ਕੇ ਗੁਜ਼ਾਰੀ ਹੈ, ਮੈਂ ਆਪਣੀ ਜ਼ਿੰਦਗੀ ਤੇਰੇ ਲੇਖੇ ਲਾਉਣੀ ਚਾਹੁੰਦਾ। ਹਜ਼ੂਰ ਨੇ ਥਾਪੜਾ ਦਿੱਤਾ, ਜੰਗ ਦੇ ਮੈਦਾਨ ਵਿੱਚ ਗਿਆ। ਹੁਣ ਖਿਆਲ ਕਰਿਓ, ਭੰਗਾਣੀ ਦੇ ਯੁੱਧ ਵਿੱਚ ਜੰਗ ਦੇ ਮੈਦਾਨ ਵਿੱਚ ਦੋਵੇਂ ਜਣੇ ਆਹਮੋ ਸਾਹਮਣੇ ਹੋਏ ਨੇ। ਇੱਕ ਪਾਸੇ ਹਯਾਤ ਖਾਂ ਹੈ ਜਿਹੜਾ ਗੁਰੂ ਘਰ ਵਿੱਚ ਪਹਿਲਾਂ ਭਰਤੀ ਹੋਇਆ, ਮੁੜ ਕੇ ਗਦਾਰ ਨਿਕਲ ਗਿਆ, ਇੱਕ ਪਾਸੇ ਮਹੰਤ ਕਿਰਪਾਲ ਦਾਸ ਹੈ, ਦੋਵੇਂ ਆਹਮੋ ਸਾਹਮਣੇ ਹੋਏ ਨੇ। ਹਯਾਤ ਖਾਂ ਬੜਾ ਹੱਸਿਆ, ਬੜਾ ਹੱਸਿਆ, ਹੱਸ ਕੇ ਕਹਿੰਦਾ ਉਹ ਭਲਿਆ, ਤੂੰ ਇੱਕ ਮਹੰਤ ਸਾਧੂ ਮਾਲਾ ਫੇਰਨ ਵਾਲਾ, ਤੇ ਤੂੰ ਲੜਨ ਕਿਹਦੇ ਨਾਲ ਆ ਗਿਆ, ਤੂੰ ਇੰਨੀ ਗੱਲ ਸੋਚੀ ਵੀ ਤੂੰ ਲੜਨ ਕਿਹਦੇ ਨਾਲ ਆਇਆ, ਤੈਨੂੰ ਇੰਨਾ ਪਤਾ ਵੀ ਜਿਹਦੇ ਨਾਲ ਤੂੰ ਲੜਨ ਆਇਆ ਉਹ ਹਯਾਤ ਖਾਂ 100 ਪਠਾਣਾਂ ਦੇ ਉੱਤੇ ਇੱਕ ਮੁਖੀਆ ਬੰਦਾ ਹੈ, 100 ਪਠਾਣ ਉਹਦੇ ਥੱਲੇ ਕੰਮ ਕਰਦੇ ਨੇ, 100 ਸਿਪਾਹੀ ਉਹਦੇ ਥੱਲੇ ਕੰਮ ਕਰਦੇ ਨੇ, ਇਹ ਉਸ ਤੋਂ ਵੱਡਾ ਹੈ, ਉਹਦੇ ਨਾਲ ਤੂੰ ਸਾਹਮਣੇ ਖਲੋਤਾ ਹੈ। ਕਿਰਪਾਲ ਦਾਸ ਨੇ ਬੜੇ ਥਰਮੇ ਨਾਲ, ਬੜੇ ਧੀਰਜ ਨਾਲ ਗੱਲ ਸੁਣੀ। ਗੱਲ ਸੁਣ ਕੇ ਕਹਿਣ ਲੱਗਿਆ, ਸੱਜਣਾ ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦਾ, ਮੈਨੂੰ ਇਹ ਨਹੀਂ ਪਤਾ ਤੇਰੇ ਥੱਲੇ 100 ਪਠਾਣ ਕੰਮ ਕਰਦੇ ਨੇ, 1000 ਕਰਦੇ ਨੇ, ਮੈਨੂੰ ਇਹ ਨਹੀਂ ਪਤਾ ਤੂੰ ਕਿੱਡਾ ਕੁ ਵੱਡਾ ਜਰਨੈਲ ਹੈ, ਮੈਨੂੰ ਇਹ ਨਹੀਂ ਪਤਾ ਤੇਰੇ ਪਿੱਛੇ ਕਿੱਡੀ ਕੁ ਫੌਜ ਦਾ ਥਾਪੜਾ ਹੈ, ਮੈਨੂੰ ਇਹ ਨਹੀਂ ਪਤਾ ਤੇਰੇ ਕੋਲ ਕਿੰਨੇ ਕੁ ਹਥਿਆਰ ਨੇ। ਸੱਜਣਾ ਅੱਜ ਮੁਕਾਬਲਾ ਹਯਾਤ ਖਾਂ ਦਾ ਤੇ ਕਿਰਪਾਲ ਦਾਸ ਦਾ ਨਹੀਂ ਹੋਣ ਲੱਗਾ, ਇਹ ਭੁਲੇਖਾ ਨਾ ਖਾਈ, ਅੱਜ ਮੁਕਾਬਲਾ ਉਹਨਾਂ ਦਾ ਨਹੀਂ ਹੋਣ ਲੱਗਾ, ਅੱਜ ਮੁਕਾਬਲਾ ਇਸ ਗੱਲ ਦਾ ਹੋਣ ਲੱਗਾ, ਇੱਕ ਗੁਰੂ ਘਰ ਦਾ ਗਦਾਰ ਹੈ, ਇੱਕ ਗੁਰੂ ਘਰ ਦਾ ਥਾਪੜਾ ਲੈ ਕੇ ਆਇਆ ਹੋਇਆ। ਗੱਲ ਤੇ ਇਹ ਵੇਖਣੀ ਹੈ ਭਈ ਗੁਰੂ ਗੋਬਿੰਦ ਸਿੰਘ ਦੇ ਗਦਾਰ ਦਾ ਕੀ ਹਾਲ ਹੁੰਦਾ, ਗੁਰੂ ਗੋਬਿੰਦ ਸਿੰਘ ਦੇ ਥਾਪੜਾ ਦੇਣ ਵਾਲੇ ਦਾ ਕੀ ਹਾਲ ਹੁੰਦਾ, ਗੱਲ ਤੇ ਆਹ ਦੇਖਣੀ ਹੈ। ਜਦੋਂ ਉਹਨੇ ਆਪਣੇ ਵੱਲੋਂ ਵਾਰ ਕੀਤਾ, ਹਯਾਤ ਖਾਂ ਨੂੰ ਵਕਤ ਹੀ ਨਾ ਦਿੱਤਾ, ਇਸ ਗੁਰੂ ਕੇ ਪਿਆਰੇ ਨੇ ਕਿਰਪਾਲ ਦਾਸ ਨੇ ਵਕਤ ਹੀ ਨਾ ਦਿੱਤਾ ਹਯਾਤ ਖਾਂ ਨੂੰ, ਉਹਨੇ ਉਸੇ ਵੇਲੇ ਆਪਣਾ ਡੰਡਾ ਦੋਵੇਂ ਹੱਥਾਂ ਨਾਲ ਜ਼ੋਰ ਨਾਲ ਖਿੱਚ ਕੇ ਮਾਰਿਆ, ਉਹਦਾ ਸਿਰ ਇਵੇਂ ਪਾੜ ਕੇ ਰੱਖ ਦਿੱਤਾ ਵਿਚਕਾਰੋਂ, ਇਵੇਂ ਮਿੱਝ ਡਿੱਗ ਪਈ ਬਾਹਰ। ਦਸਮ ਗ੍ਰੰਥ ਵਿੱਚ ਬਚਨ ਲਿਖੇ ਨੇ, ਕਹਿਣ ਲੱਗੇ ਉਹ ਪ੍ਰਤੀਤ ਹੁੰਦਾ ਜਿਵੇਂ ਕਿਸੇ ਮਟਕੀ ਵਿੱਚੋਂ ਮੱਖਣ ਡੁੱਲ ਗਿਆ ਹੋਵੇ, ਇਵੇਂ ਉਹਦਾ ਸਿਰ ਪਾੜ ਕੇ ਰੱਖ ਦਿੱਤਾ ਇਸ ਕਿਰਪਾਲ ਦਾਸ ਨੇ। ਜਿਹਨੂੰ ਗੁਰੂ ਉੱਤੇ ਭਰੋਸਾ ਹੋਵੇ, ਜਿਹਨੂੰ ਗੁਰੂ ਉੱਤੇ ਵਿਸ਼ਵਾਸ ਹੋਵੇ ਪਿਆਰ ਵਾਲਿਓ, ਉੱਤੇ ਡੰਡਿਆਂ ਨਾਲ ਵੀ ਮਹੰਤ ਵੀ ਜੰਗ ਜਿੱਤਦੇ ਦੇਖੇ ਨੇ, ਪਰ ਗੁਰੂ ਤੇ ਭਰੋਸਾ ਹੋਵੇ, ਧਰਜੀ ਯਾਰ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ, ਨਾਨਕ ਨਾਮ ਤੇ ਆਏ ਹੈ ਕਾਰਜ ਆਵੇ ਰਾਸ। ਬੇਨਤੀ ਕਰ ਰਿਹਾ ਸਾਂ, ਅੱਜ ਗੁਰੂ ਨੇ ਫਿਰ ਵਕਤ ਆਇਆ, ਅਰਥ ਕਰਨੇ ਚਾਹੇ ਨੇ। ਕੁਝ ਅਜਿਹੇ ਗੁਰੂ ਕੇ ਸਿੱਖਾਂ ਦੇ ਉੱਤੇ ਖੇਡ ਕੇ ਇੱਕ ਕਹਾਣੀ ਨੂੰ, ਤਾਂ ਕਿ ਸਿੱਖਾਂ ਤੈਨੂੰ ਗੁਰੂ ਤੇ ਵਿਸ਼ਵਾਸ ਹੋ ਜਾਏ। ਕਲਗੀਧਰ ਪਿਤਾ ਨੂੰ ਪਤਾ ਲੱਗਾ ਸਵੇਰੇ ਕਿਲੇ ਦਾ ਦਰਵਾਜ਼ਾ ਤੋੜਨਾ, ਤੇ ਸਤਿਗੁਰਾਂ ਨੇ ਅੱਜ ਸ਼ਾਮ ਨੂੰ ਬੱਚਾ ਨੇ ਆਖੇ, ਕਹਿਣ ਲੱਗੇ ਕੋਈ ਗੱਲ ਨਹੀਂ, ਤਾਂ ਕੀ ਹੋਇਆ, ਉਹਨਾਂ ਕੋਲ ਹਾਥੀ ਹੈ, ਸਾਡੇ ਕੋਲ ਵੀ ਇੱਕ ਹਾਥੀ ਹੈ, ਫਿਕਰ ਨਾ ਕਰੋ ਸਾਡੇ ਕੋਲ ਵੀ ਇੱਕ ਹਾਥੀ ਹੈ। ਉਹਨਾਂ ਆਖਿਆ ਸਾਡੇ ਕੋਲ ਪਾਤਸ਼ਾਹ ਕਿਹੜਾ ਹਾਥੀ, ਆਪਾਂ ਇੱਥੇ ਅੰਦਰ ਕੈਦ ਹੈ, ਆਪਣੇ ਕੋਲ ਕਿਹੜਾ ਹਾਥੀ ਹੈ। ਉਹਨਾਂ ਬੱਚਾ ਨੇ ਆਖੇ, ਕਹਿਣ ਲੱਗੇ ਦੁਨੀ ਚੰਦ ਇਹ ਗੁਰੂ ਘਰ ਦਾ ਲੰਗਰ ਪ੍ਰਸ਼ਾਦ ਪਾਣੀ ਛਕਦਾ, ਤੇ ਇਹ ਵਾਹਵਾ ਇਸ ਘਰ ਚ ਪਲਿਆ ਹੋਇਆ, ਤੇ ਇਹ ਵੀ ਤਾਂ ਹਾਥੀ ਵਰਗਾ ਹੀ ਹੈ, ਕੋਈ ਗੱਲ ਨੀ ਕੱਲ ਜੰਗ ਇਹ ਲੜੇਗਾ। ਦੁਨੀ ਚੰਦ ਨੇ ਗੱਲ ਸੁਣੀ, ਕਹਿਣ ਲੱਗਿਆ ਪਾਤਸ਼ਾਹ
ਮੈਂ ਹੈਰਾਨ ਹੈ ਵੀ ਉਦੋਂ ਦਾ ਲੰਗਰ ਤੁਸੀਂ ਇਸ ਲਈ ਛਕਾਉਂਦੇ ਸੀ, ਮੈਨੂੰ ਇਹੋ ਜਿਹੀ ਮਾੜੀ ਮੌਤ ਮਾਰੋਗੇ, ਇਹੋ ਜਿਹੀ ਅਨਿਆਈ ਮੌਤ ਮਾਰੋਗੇ, ਇਸ ਲਈ ਆਪਣੇ ਘਰ ਵਿੱਚ ਰੱਖਿਆ ਸੀ? ਮੇਰੀ ਹੈਰਾਨੀ ਦੀ ਗੱਲ ਹੈ, ਕਿਸੇ ਬੰਦੇ ਦਾ ਮੁਕਾਬਲਾ ਕਿਸੇ ਬੰਦੇ ਨਾਲ ਹੋਵੇ, ਕਿਸੇ ਯੋਧੇ ਦਾ ਮੁਕਾਬਲਾ ਕਿਸੇ ਯੋਧੇ ਨਾਲ ਹੋਵੇ, ਤੁਸੀਂ ਮੈਨੂੰ ਕਿਸੇ ਇਕੱਲੇ ਬੰਦੇ ਨਾਲ ਭੇਜੋ, ਮੈਂ ਜਾ ਕੇ ਜੰਗ ਲੈਣਾ, ਤੇ ਇਹ ਕਿਹੜੀ ਤਰ੍ਹਾਂ ਦੀ ਜ਼ਿੰਦਗੀ ਹੋਈ? ਇਹ ਤੇ ਮੌਤ ਖਰੀਦਣ ਵਾਲੀ ਗੱਲ ਹੈ। ਕੱਲ ਨੂੰ ਉਹਨਾਂ ਦਾ ਮਸਤ ਹਾਥੀ ਆਏ, ਉਹ ਵੀ ਸ਼ਰਾਬ ਪੀਤੀ ਹੋਈ, ਤੇ ਉਹ ਆ ਕੇ ਕਿਲੇ ਦੇ ਅੱਗੇ ਦਰਵਾਜ਼ੇ ਦੇ ਅੱਗੇ ਆਪਣੇ ਵੱਲੋਂ ਤੋੜਨ ਦੀ ਕੋਸ਼ਿਸ਼ ਕਰੇ, ਲੋਹੇ ਦੀਆਂ ਪੱਤੀਆਂ ਉਹਦੇ ਸਿਰ ਤੇ ਬੰਨੀਆਂ ਹੋਵਣ ਤਵੀਆਂ, ਤੇ ਉਹ ਆ ਕੇ ਕਿਲੇ ਦਾ ਦਰਵਾਜ਼ਾ ਤੋੜੇ, ਤੇ ਤੁਸੀਂ ਮੈਨੂੰ ਕਹੋ ਵੀ ਮੈਂ ਜਾ ਕੇ ਹਾਥੀ ਨੂੰ ਰੋਕਾਂ? ਸਤਿਗੁਰੂ, ਇਹ ਤਾਂ ਬਹੁਤ ਅਨਿਆਈ ਗੱਲ ਹੈ, ਇਵੇਂ ਨਹੀਂ ਹੋਣਾ ਚਾਹੀਦਾ। ਸਾਹਿਬ ਨੇ ਬਚਨ ਆ ਕੇ ਕਹਿਣ ਲੱਗੇ, ਗੁਰੂ ਤੇ ਭਰੋਸਾ ਰੱਖ, ਗੁਰੂ ਤੇ ਭਰੋਸਾ ਰੱਖ। ਪਿਆਰ ਵਾਲਿਓ, ਬਸ ਆਹ ਜਿਹੜੀ ਚੀਜ਼ ਹੈ ਨਾ, ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ ਬੜਾ ਪਿਆਰਾ, ਮੈਂ ਉਹ ਕਹਿ ਕੇ ਇੱਕੋ ਪੰਕਤੀ ਕਵਾਂਗਾ, ਜ਼ਿਆਦਾ ਖਿਲਾਰਾ ਨਹੀਂ ਪਾਉਣਾ, ਇੱਕੋ ਪੰਕਤੀ ਕਹਿ ਕੇ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਸਾਬਰ ਸਿਦਕ ਸ਼ਹੀਦ ਪਰਮ ਭਉ ਖੋਬਣਾ, ਸ਼ਹੀਦੀਆਂ ਇਹ ਨਿਸ਼ਾਨੀਆਂ ਨੇ, ਉਹਦੇ ਅੰਦਰ ਸਬਰ ਹੁੰਦਾ, ਉਹਦੇ ਅੰਦਰ ਸਿਦਕ ਹੁੰਦਾ, ਉਹਦੀਆਂ ਅਗਲੀਆਂ ਦੋ ਜਿਹੜੀਆਂ ਖੂਬ ਨਿਸ਼ਾਨੀਆਂ ਨੇ, ਭਰਮ ਭਉ ਖੋਬਣਾ, ਉਹਦੀ ਜ਼ਿੰਦਗੀ ਚ ਕਦੇ ਭਰਮ ਨਹੀਂ ਹੁੰਦਾ। ਬਸ ਜਿਹਦੀ ਜ਼ਿੰਦਗੀ ਚ ਭਰਮ ਨਾ ਹੋਵੇ, ਧਰਮ ਜਨਮ ਹੀ ਉੱਥੇ ਲੈਂਦਾ। ਜਿਹਦੀ ਜ਼ਿੰਦਗੀ ਚ ਭਰਮ ਹੈ ਨਾ, ਯਾਦ ਰੱਖਿਓ, ਜੇ ਉਹ ਭਾਵੇਂ ਲੱਖ ਕੋਸ਼ਿਸ਼ਾਂ ਕਰੇ, ਉਹ ਕਦੇ ਗੁਰੂ ਦੇ ਚਰਨਾਂ ਦੇ ਨੇੜੇ ਨਹੀਂ ਹੋ ਸਕਦਾ, ਉਹ ਗੁਰੂ ਸਾਹਿਬ ਦੇ ਦਰ ਦੇ ਨੇੜੇ ਨਹੀਂ ਹੋ ਸਕਦਾ। ਭਰਮ ਭਉ ਖੋਬਣਾ, ਨਾ ਉਹਦੇ ਮਨ ਵਿੱਚ ਭਰਮ ਹੈ ਮੇਰਾ ਗੁਰੂ ਮੇਰੀ ਪੈਜ ਨਹੀਂ ਰੱਖੇਗਾ, ਨਾ ਉਹਦੇ ਮਨ ਵਿੱਚ ਕੋਈ ਡਰ ਹੈ, ਉਹਦੇ ਮਨ ਚ ਕੋਈ ਡਰ ਨਹੀਂ ਹੁੰਦਾ ਦੁਨੀਆਂ ਦਾ, ਭਾਵੇਂ ਜਿੱਡੀ ਤੋਂ ਵੱਡੀ ਮਰਜ਼ੀ ਤੋਂ ਮਰਜ਼ੀ ਮੁਸੀਬਤ ਆ ਜਾਏ, ਉਹ ਗੁਰੂ ਦੇ ਭਰੋਸੇ ਤੇ ਰਹਿਣ ਵਾਲਾ ਹੁੰਦਾ। ਹੁਣ ਦੁਨੀ ਚੰਦ ਵਿੱਚ ਨਹੀਂ, ਉਹਨੇ ਬਚਨ ਆਖੇ, ਸਤਿਗੁਰੂ ਕੱਲ੍ਹ ਮੈਂ ਜੰਗ ਕਿਵੇਂ ਲੜਾਂਗਾ? ਸਾਹਿਬ ਕਹਿਣ ਲੱਗੇ, ਗੁਰੂ ਤੇ ਭਰੋਸਾ ਰੱਖ। ਹੁਣ ਜੇ ਤਾਂ ਭਰੋਸਾ ਰੱਖਦਾ, ਫਿਰ ਤੇ ਹੋ ਸਕਦਾ ਜ਼ਿੰਦਗੀ ਲੇਖੇ ਲੱਗ ਜਾਂਦੀ, ਪਰ ਭਰੋਸਾ ਨਾ ਰੱਖਿਆ। ਰਾਤ ਨੂੰ ਆਪਣੇ ਸਾਥੀਆਂ ਨੂੰ ਕਹਿਣ ਲੱਗਿਆ ਵੀ ਸਜਣੋ, ਮੈਂ ਤਾਂ ਜਾਣਾ ਚਲੇ, ਸਵੇਰੇ ਮੈਂ ਤਾਂ ਨਹੀਂ ਇਹੋ ਜਿਹੀ ਮੌਤ ਮਰ ਸਕਦਾ, ਤੇ ਮੈਂ ਤਾਂ ਚਲੇ ਜਾਣਾ ਹੈ, ਜੇ ਤੁਹਾਡੇ ਵਿੱਚੋਂ ਕਿਸੇ ਨੇ ਮੇਰੇ ਨਾਲ ਜਾਣਾ ਤਾਂ ਤੁਸੀਂ ਜਾ ਸਕਦੇ ਹੋ। ਕਿਉਂ? ਕਿਉਂਕਿ ਇਹ ਮਤ ਸੋਚਿਓ ਭਈ ਅੱਜ ਵਾਰੀ ਦੁਨੀ ਚੰਦੀ ਆਈ ਹੈ, ਇੱਥੇ ਕਿੰਨੇ ਕੁ ਸਿੱਖੋ ਤੁਸੀਂ, ਅੱਜ ਵਾਰੀ ਦੁਨੀ ਚੰਦੀ ਆਈ ਹੈ, ਕੱਲ੍ਹ ਕਿਸੇ ਹੋਰ ਦੀ ਆ ਜਾਏਗੀ, ਵਾਰੀ ਤੇ ਆਉਣੀ ਹੀ ਆਉਣੀ ਹੈ। ਅਸੀਂ ਗੁਰੂ ਦੇ ਚਰਨਾਂ ਵਿੱਚ ਲੰਗਰ ਛਕਿਆ, ਕਿਸੇ ਬੰਦਿਆਂ ਨਾਲ ਯੋਧਿਆਂ ਨਾਲ ਲੜਾਈ ਹੁੰਦੀ ਗੱਲ ਵੱਖਰੀ ਸੀ, ਐਵੇਂ ਹਾਥੀਆਂ ਨਾਲ ਲੜ ਲੜ ਕੇ ਮਰਨ ਨਾਲੋਂ, ਐਵੇਂ ਆਪਣੀ ਜ਼ਿੰਦਗੀ ਬਰਬਾਦ ਕਰਨ ਨਾਲੋਂ ਚਲੇ ਜਾਣਾ ਚੰਗਾ ਹੈ। ਕੁਝ ਕੁ ਸਾਥੀ ਇਹਦੇ ਤਿਆਰ ਹੋ ਗਏ ਨੇ, ਇਤਿਹਾਸ ਆਖਦਾ। ਆਖਿਰਕਾਰ ਇਹਨੇ ਕੋਸ਼ਿਸ਼ ਕੀਤੀ, ਉਸ ਲੋਹਗੜ੍ਹ ਦੇ ਕਿਲੇ ਦੇ ਉੱਤੋਂ ਉਹਨੇ ਰੱਸਾ ਬੰਨਿਆ, ਰੱਸਾ ਬੰਨ ਕੇ ਆਪਣੇ ਸਾਥੀਆਂ ਨੂੰ ਪਕੜਾ ਕੇ ਕੋਸ਼ਿਸ਼ ਕੀਤੀ, ਤੇ ਬਾਕੀ ਇਕਲੋ ਸਾਥੀ ਉੱਤਰ ਵੀ ਗਏ ਨੇ, ਪਰ ਜਦੋਂ ਦੁਨੀ ਚੰਦ ਦੀ ਵਾਰੀ ਆਈ, ਇੱਥੇ ਇੱਕ ਰੱਬੀ ਬਾਣੀ ਦਾ ਬਚਨ ਕਹਿਣਾ ਚਾਹੁੰਦਾ ਹੈ, ਸਤਿਗੁਰ ਤੇਜੋ ਮੂੰਹ ਫੇਰੇ। ਬਹੁਤ ਪੰਕਤੀਆਂ ਵੱਲ ਖਿਆਲ ਕਰਿਓ, ਸਤਿਗੁਰ ਤੇਜੋ ਮੂੰਹ ਫੇਰੇ, ਭਰਮ ਦੇ ਨਾ ਟਕੰਨ, ਧਰਤ ਅਸਮਾਨ ਨਾ ਝੱਲਈ, ਵਿੱਚ ਵਿਸਟਾ ਪਏ ਪਚੰਨ। ਉਹਨੂੰ ਕੋਈ ਕਿਵੇਂ ਸਿਆਣ ਸਕਦਾ ਪਿਆਰ ਵਾਲਿਓ, ਜਿਹਨੂੰ ਮਾਲਕ ਦੇ ਚਰਨਾਂ ਵਿੱਚੋਂ ਦਰ ਤੋਂ ਵਿਛੜ ਗਿਆ ਹੋਵੇ। ਭਾਈ ਗੁਰਦਾਸ ਜੀ ਦਾ ਇੱਕ ਬਚਨ ਮੈਨੂੰ ਚੇਤੇ ਆ ਗਿਆ, ਮੈਂ ਉਹ ਕਹਿ ਕੇ ਗੱਲ ਅੱਗੇ ਤੋਰਨੀ ਚਾਹੁੰਦਾ। ਭਾਈ ਗੁਰਦਾਸ ਜੀ ਨੇ ਬੜੀ ਕਮਾਲ ਕੀਤੀ ਹੈ, ਕਹਿਣ ਲੱਗੇ ਇੱਕ ਦਿਨ ਉਹਨਾਂ ਇੱਕ ਨਕਸ਼ਾ ਉਲੀਕਿਆ ਸਾਨੂੰ ਸਮਝਾਉਣ ਵਾਸਤੇ, ਇਉਂ ਸਮਝ ਲਈਏ। ਕਹਿਣ ਲੱਗੇ ਇੱਕ ਵਾਰੀ ਮੈਂ ਇੱਕ ਇਸਤਰੀ ਨੂੰ
ਇਹੋ ਜਿਹੇ ਕਰਮ ਕਰਦਿਆਂ ਵੇਖਿਆ। ਉਹਨੇ ਇੱਕ ਮਨੁੱਖ ਦੀ ਖੋਪਰੀ ਵਿੱਚ, ਮਰੇ ਹੋਏ ਮਨੁੱਖ ਦੀ ਖੋਪਰੀ ਲੈ ਕੇ ਉਹਨੂੰ ਵਿੱਚ ਭਾਂਡਾ ਬਣਾਇਆ ਤੇ ਉਹਦੇ ਵਿੱਚ ਸ਼ਰਾਬ ਪਾਈ, ਸ਼ਰਾਬ ਦੇ ਵਿੱਚ ਕੁੱਤੇ ਦਾ ਮਾਸ ਪਾਇਆ ਤੇ ਉਹਨੂੰ ਰਿੰਨਿਆ, ਉਹਨੂੰ ਚੰਗੀ ਤਰ੍ਹਾਂ ਰਿੰਨ ਕੇ ਕਹਿਣ ਲੱਗੇ ਜਿਹੜਾ ਉਹ ਮਾਸ ਦੇ ਨਾਲ ਉਸ ਵੇਲੇ ਉਹਨੇ ਮਾਸ ਬਣਾਇਆ ਤੇ ਉਸ ਵੇਲੇ ਜਿਹੜਾ ਲਹੂ ਨਾਲ ਭਿੱਜਿਆ ਹੋਇਆ ਕੱਪੜਾ, ਕਹਿਣ ਲੱਗੇ ਉਹ ਇੰਨੇ ਗੰਦੇ ਭਾਂਡੇ ਵਿੱਚ ਤੇ ਇੰਨੀ ਗੰਦੀ ਵਸਤੂ ਵਿੱਚ ਇੰਨੀ ਗੰਦੀ ਦਾਤ ਰਿੰਨ ਕੇ, ਕਹਿਣ ਲੱਗੇ ਉਹ ਇੰਨੇ ਗੰਦੇ ਕੱਪੜੇ ਦੇ ਨਾਲ ਢੱਕ ਕੇ ਲੈ ਕੇ ਚੱਲੀ ਹੈ। ਭਾਈ ਗੁਰਦਾਸ ਜੀ ਦਾ ਬਚਨ ਹੈ, ਕਹਿਣ ਲੱਗੇ ਇੰਨੇ ਗੰਦੇ ਲਹੂ ਨਾਲ ਭਿੱਜੇ ਹੋਏ ਕੱਪੜੇ ਨਾਲ ਲੈ ਕੇ ਚੱਲੀ ਉਹ। ਜਦੋਂ ਲੈ ਕੇ ਚੱਲੀ ਹੈ ਤੇ ਉਹਨੂੰ ਰਸਤੇ ਵਿੱਚ ਕਿਸੇ ਗੁਰਮੁਖ ਜਾਣੇ ਇੱਕ ਗੱਲ ਪੁੱਛੀ, ਬੀਬਾ ਇੱਕ ਤਾਂ ਤੇਰੀ ਖੁਦ ਦੀ ਜ਼ਿੰਦਗੀ ਇੰਨੀ ਗੰਦੀ ਹੈ, ਇੰਨੇ ਮਾੜੇ ਕਰਮ ਨੇ ਤੇਰੇ, ਤੇਰੇ ਵੱਲ ਕੋਈ ਅੱਖ ਚੁੱਕੇ ਨਹੀਂ ਵੇਖੇਗਾ, ਤੇਰੇ ਨਾਲ ਕੋਈ ਸਿਆਣਾ ਬੰਦਾ ਆਪਣੇ ਜੀਵਨ ਦੀ ਸਾਂਝ ਨਹੀਂ ਰੱਖੇਗਾ, ਵੈਸੇ ਹੀ ਤੇਰੇ ਕਰਮ ਇੰਨੇ ਮਾੜੇ ਨੇ। ਦੂਜੀ ਗੱਲ, ਜਿਹੜੀ ਤੂੰ ਚੀਜ਼ ਚੁੱਕੀ ਹੋਈ ਹੈ ਇਹ ਇੰਨੀ ਗੰਦੀ, ਇਹਦੇ ਚੋਂ ਸਮੈਲ ਆਉਂਦੀ ਹੈ, ਇੰਨੀ ਗੰਦੀ ਬਦਬੋ ਆਉਂਦੀ ਇਹਦੇ ਵਿੱਚੋਂ, ਵੈਸੇ ਕੋਈ ਨੇੜਤਾ ਨਹੀਂ ਰੱਖੇਗਾ। ਤੇ ਤੀਜੀ ਗੱਲ, ਜਿਹੜਾ ਤੂੰ ਕੱਪੜੇ ਨਾਲ ਢੱਕੀ ਹੈ, ਜੇ ਢੱਕਣੀ ਉਹ ਸੀ ਤਾਂ ਕਿਸੇ ਚੰਗੇ ਚੀਜ਼ ਨਾਲ ਢੱਕ ਲੈਂਦੀ, ਇਹਦੇ ਵਿੱਚੋਂ ਖੁਦ ਵਿੱਚੋਂ ਲਹੂ ਚਾਹੁੰਦਾ, ਰੱਤ ਚਾਹੁੰਦੀ ਹੈ, ਰੱਤ ਦਾ ਭਰਿਆ ਹੋਇਆ, ਤੇ ਇੰਨੀ ਗੰਦੀ ਚੀਜ਼ ਇੰਨੇ ਗੰਦੇ ਹੱਥਾਂ ਵਿੱਚ ਇੰਨੇ ਗੰਦੇ ਕੱਪੜੇ ਨਾਲ ਢੱਕੀ ਹੈ, ਇਹਨੂੰ ਢੱਕਣ ਦੀ ਕੀ ਲੋੜ ਪੈ ਗਈ ਸੀ, ਇਹਨੂੰ ਤਾਂ ਵੈਸੇ ਨਹੀਂ ਕੋਈ ਦੇਖਦਾ। ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਉਸ ਬੀਬਾ ਨੇ ਇੱਕ ਗੱਲ ਸੁਣਾਈ, ਕਹਿੰਦੇ ਇਹ ਜਿੰਨੀ ਮਰਜ਼ੀ ਗੰਦੀ ਹੈ ਪਰ ਹਾਲੇ ਵੀ ਓਨੀ ਗੰਦੀ ਨਹੀਂ ਜਿੰਨੀ ਗੰਦੀ ਇਹ ਇੱਕ ਬੰਦੇ ਦੀ ਨਜ਼ਰ ਪੈਣ 'ਤੇ ਹੋ ਸਕਦੀ ਹੈ। ਕਹਿਣ ਲੱਗੇ ਉਹ ਕਿਹੜਾ ਬੰਦਾ ਇਹੋ ਜਿਹਾ ਜਿਹਦੀ ਨਜ਼ਰ ਇਦੋਂ ਵੀ ਗੰਦੀ ਹੋਵੇ, ਜਿਹੜੀਆਂ ਇੰਨੀਆਂ ਗੰਦੀਆਂ ਵਸਤਾਂ ਨੂੰ ਵੀ ਹੋਰ ਗੰਦੀਆਂ ਕਰ ਦੇਵੇ, ਕਿਤੇ ਉਹਦੀ ਨਜ਼ਰ ਪੈ ਜਾਏ, ਉਹ ਕੌਣ ਹੈ? ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਉਹਦਾ ਨਾਂ ਹੈ ਅਕਿਰਤ ਕਣ, ਜਿਹੜਾ ਗੁਰੂ ਦੇ ਦਰ ਦੀ ਕੀਤੀ ਹੋਈ ਦਰ ਦੀ ਕੀਮਤ ਨਾ ਪਾਵੇ, ਗੁਰੂ ਦੇ ਪਰਉਪਕਾਰਾਂ ਨੂੰ ਭੁੱਲ ਜਾਏ, ਉਹਨੂੰ ਅਕਿਰਤ ਕਣ ਕਹਿੰਦੇ ਨੇ। ਭਾਈ ਗੁਰਦਾਸ ਜੀ ਨੇ ਬਚਨ ਲਿਖੇ ਨੇ ਬੜੇ ਪਿਆਰੇ, ਮੱਧ ਵਿੱਚ ਰਿੱਧਾ ਪਾਏ ਕਹਿ ਕੁੱਤੇ ਦਾ ਮਾਸ, ਧਰਿਆ ਮਾਨਸ ਖੋਪਰੀ ਤਿਸਮੰਦੀ ਵਾਸ, ਢੱਕ ਲੈ ਚੱਲੀ ਚੂੜੀ ਕਰ ਭੋਗ ਵਿਲਾਸ, ਆਖ ਸੁਣਾਏ ਪੁੱਛਿਆ ਲਾਂਘੇ ਵਿਸ਼ਵਾਸ, ਨਦਰੀ ਪਵੇ ਅਕਿਰਤ ਘਣ ਮਤ ਹੋਏ ਵਿਨਾਸ਼, ਅਕਿਰਤ ਘਣ ਦੀ ਨਦਰੀ ਪੈ ਜਾਏ ਇਹ ਏਦੋਂ ਵੀ ਗੰਦਾ ਹੋ ਜਾਏਗਾ, ਇਸ ਲਈ ਮੈਂ ਢੱਕ ਕੇ ਲੈ ਚੱਲੀ ਹੈ, ਅੱਜ ਦੁਨੀ ਚੰਦ ਗੁਰੂ ਚਰਨਾਂ ਤੋਂ ਵਿਛੜ ਕੇ ਚੱਲਿਆ, ਗੁਰੂ ਦੇ ਦਰ ਤੋਂ ਵਿਛੜ ਕੇ ਚੱਲਿਆ, ਸਤਿਗੁਰ ਤੇਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ, ਅਣਦਿਨ ਦੁੱਖ ਕਮਾਮਦੇ ਨਿਤ ਜੋਗੇ ਜਮ ਜਾਲੇ। ਕਹਿੰਦੇ ਗੁਰੂ ਦਰ ਤੋਂ ਵਿਛੜੇ ਕੋਈ ਨੂੰ ਢੋਈ ਕਿਵੇਂ ਮਿਲ ਸਕਦੀ ਸੀ, ਜਦੋਂ ਉੱਥੋਂ ਰੱਸੇ ਰਾਹੀਂ ਉਤਰ ਲੱਗਾ ਪਿਆਰ ਵਾਲਿਓ। ਇਤਿਹਾਸ ਆਖਦਾ ਰੱਸਾ ਟੁੱਟ ਗਿਆ, ਥੱਲੇ ਡਿੱਗ ਪਿਆ, ਲੱਤ ਟੁੱਟ ਗਈ ਤੇ ਉੱਥੇ ਲੱਤ ਟੁੱਟਣ ਦੇ ਕਾਰਨ ਇਤਿਹਾਸ ਨੇ ਕਿਸੇ ਨੇ ਇਹ ਵੀ ਆਖਿਆ ਵੀ ਸੱਪ ਲੜ ਗਿਆ ਤੇ ਜ਼ਿੰਦਗੀ ਦਾ ਅੰਤ ਹੋ ਗਿਆ। ਵੈਸੇ ਇਹਦੇ ਪੋਤਰਿਆਂ ਨੇ, ਇਹ ਗੱਲ ਵੱਖਰੀ ਹੈ, ਮੈਂ ਕਦੇ ਵਕਤ ਮਿਲਿਆ ਫਿਰ ਬੇਨਤੀ ਕਰਾਂਗਾ, ਇਹਦੇ ਪੋਤਰਿਆਂ ਨੇ ਕਲਗੀਧਰ ਪਿਤਾ ਦੇ ਕੋਲ ਸ਼ਹਾਦਤਾਂ ਪਾਈਆਂ ਸਨ ਔਰ ਹੱਥ ਜੋੜੇ ਬੇਨਤੀ ਕੀਤੀ ਸੀ, ਸਾਡੇ ਦਾਦੇ ਦਾ ਦਾਗ ਧੋ ਦੇ, ਸਾਡੇ ਦਾਦੇ ਦਾ ਦਾਗ ਧੋ ਦੇ, ਕਿਉਂਕਿ ਇਤਿਹਾਸ ਵਿੱਚ ਇਹੋ ਜਿਹਾ ਦਾਗ ਛੱਡ ਗਿਆ। ਇਹਦੇ ਦੋ ਪੋਤਰਿਆਂ ਨੇ, ਦੁਨੀ ਚੰਦ ਦੇ ਦੋ ਪੋਤਰਿਆਂ ਨੇ ਕਲਗੀਧਰ ਪਿਤਾ ਦੇ ਜੰਗ ਵਿੱਚ ਸ਼ਹਾਦਤ ਪਾਈ ਸੀ, ਉਹ ਗੱਲ ਲੰਮੀ ਹੈ, ਮੈਂ ਉਧਰਲੇ ਪਾਸੇ ਨਹੀਂ ਜਾਣਾ। ਦੁਨੀ ਚੰਦ ਰਾਤ ਨੂੰ ਚਲਾ ਗਿਆ,
ਅੰਮ੍ਰਿਤ ਵੇਲੇ ਹਜ਼ੂਰ ਨੂੰ ਪਤਾ ਲੱਗਿਆ ਭਾਈ ਦੁਨੀ ਚੰਦ ਤੇ ਚਲਾ ਗਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਸੇ ਵੇਲੇ ਬਚਨ ਆਖਿਆ, ਕਹਿਣ ਲੱਗੇ ਕੋਈ ਗੱਲ ਨਹੀਂ, ਅਸੀਂ ਤੇ ਉਹਦੀ ਪ੍ਰੀਖਿਆ ਹੀ ਲੈਣੀ ਸੀ, ਚਲਾ ਗਿਆ ਕੋਈ ਗੱਲ ਨਹੀਂ, ਸਤਿਗੁਰੂ ਹੁਣ ਤੇ ਕੁਝ ਕਰੋ, ਜੇ ਉਹ ਚਲਾ ਗਿਆ ਤੇ ਆਪਾਂ ਨੇ ਸਵੇਰੇ ਦਰਵਾਜ਼ਾ ਤੇ ਤੋੜ ਦੇਣਾ। ਸਾਹਿਬ ਕਹਿਣ ਲੱਗੇ ਕੋਈ ਗੱਲ ਨਹੀਂ, ਦਰਵਾਜ਼ਾ ਨਹੀਂ ਟੁੱਟੇਗਾ, ਹਾਲੇ ਵੀ ਇੱਕ ਗੁਰੂ ਕਾ ਸੂਰਮਾ ਹੈ। ਸਾਹਿਬ ਜੀ ਉਹ ਕਿਹੜਾ? ਉਸ ਵੇਲੇ ਮੇਰਾ ਦੀ ਨਜ਼ਰ ਗਈ ਭਾਈ ਮਨੀ ਸਿੰਘ ਦੇ ਪੁੱਤਰ ਭਾਈ ਬਚਿੱਤਰ ਸਿੰਘ ਦੇ ਉੱਤੇ। ਹਲਕਾ ਜਿਹਾ ਕਾਦਿਆ ਇਹਦਾ, ਹਲਕਾ ਜਿਹਾ ਕਾਦਿਆ ਇਹਦਾ, ਸਤਿਗੁਰ ਮੇਰ ਦੀ ਭਰੀ ਨਜ਼ਰ ਕੀਤੀ, ਜਿਉਂ ਭਾਈ ਬਚਿੱਤਰ ਸਿੰਘ ਦਾ ਹਾਲੇ ਨਾਂ ਲਿਆ, ਗੁਰੂ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕ ਦਿੱਤਾ। ਸਾਹਿਬਾ ਬਚਿੱਤਰ ਸਿੰਘ ਵਿੱਚ ਤਾਕਤ ਨਹੀਂ ਹੈ ਲੜ ਸਕੇ, ਬਚਿੱਤਰ ਸਿੰਘ ਵਿੱਚ ਤਾਕਤ ਨਹੀਂ ਹੈ ਲੜ ਸਕੇ, ਹਾਂ ਤੇਰੇ ਅੰਦਰ ਤੇਰੇ ਘਰ ਵਿੱਚ ਸਭ ਕੁਝ ਹੈ, ਤੂੰ ਚਾਹਵੇਂ ਸ਼ੀਹਾਂ ਬਾਜਾਂ ਚਰਗਾਂ ਕੂਈਆਂ ਇਹਨਾਂ ਖਵਾਲੇ, ਘਾਹ ਖਾਣ ਤੇ ਨਮਾਸ ਖਵਾਲੇ, ਇਹ ਚਲਾਏ ਰਾਹ ਨਦੀਆਂ ਵਿੱਚ ਟਿਬੇ ਦਿਖਾਲੇ, ਥਲੀ ਕਰੇ ਸਗਾਹ ਕੀੜਾ ਥਾਪ ਦੇਹੇ ਪਾਤਸ਼ਾਹੀ, ਲਸ਼ਕਰ ਕਰੇ ਸਵਾ ਜੇ ਤੈਨੂੰ ਭਾ ਜਾਏ, ਤੂੰ ਇੱਕ ਕੀੜੇ ਦੇ ਕੋਲੋਂ ਬੜੀ ਵੱਡੀ ਫੌਜ ਦਾ ਨਾਸ਼ ਕਰਵਾ ਸਕਦਾ, ਤੇਰੇ ਲਈ ਕੋਈ ਬੜੀ ਵੱਡੀ ਗੱਲ ਨਹੀਂ। ਜੇ ਗੁਰੂ ਸਮਰੱਥ ਸਤਿਗੁਰੂ ਸਿਰ ਤੇ ਮਿਹਰ ਪਰਿਆਤ ਰੱਖ ਦੇਵੇ, ਜਾਮ ਗੁਰੂ ਹੋਏ ਵੱਲ ਧਨੇ ਕਿਆ ਗਰਭ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਜਦੋਂ ਗੁਰੂ ਵੱਲ ਹੋਵੇ ਲੱਖਾਂ ਬਾਹਾਂ ਵੀ ਭਾਵੇਂ ਤਾਕਤਾਂ ਹੋਣ, ਪਿਆਰ ਵਾਲਿਓ ਉਹਦਾ ਵਾਲ ਵਿੰਗਾ ਨਹੀਂ ਹੋ ਸਕਦਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਾ ਹੈ। ਤਾਤੀ ਬਹੁ ਨਾ ਲੱਗ ਗਈ ਪਾਰ ਬ੍ਰਹਮ ਸ਼ਰਣਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਤਿਆ ਜਨ ਬਣਤ ਬਣਾਈ, ਰਾਮ ਨਾਮ ਔਖ ਦੀਆ ਏਕਾ ਲਿਵਲਾਈ, ਰਾਖ ਲੀਏ ਤਨ ਰੱਖਣਹਾਰ, ਸਭ ਵਿਆਦ ਮਿਟਾਈ, ਕਹ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਗੁਰੂ ਦੇ ਚਰਨਾਂ ਵਿੱਚੋਂ ਥਾਪੜਾ ਲੈ ਕੇ ਦੂਜਾ ਦਿਨ ਵਕਤ ਆਇਆ, ਇਸੇ ਲੋਹਗੜ੍ਹ ਦੇ ਵਿੱਚੋਂ ਹੀ ਬਣੀ ਹੋਈ ਭਾਈ ਬਚਿੱਤਰ ਸਿੰਘ ਦੀ ਨਾਗਣੀ ਹੈ। ਇਹ ਵੀ ਗੱਲ ਯਾਦ ਰੱਖਣ ਯੋਗ ਬਾਤ ਹੈ, ਲੋਹਗੜ੍ਹ ਸਤਿਗੁਰਾਂ ਨੇ ਆਪਣੇ ਵੇਲੇ ਫੈਕਟਰੀ ਲਾਈ ਸੀ, ਇਸੇ ਲੋਹਗੜ੍ਹ ਦੀ ਫੈਕਟਰੀ ਵਿੱਚੋਂ ਹੀ ਇਹ ਨਾਗਣੀ ਬਣੀ ਹੋਈ ਹੈ, ਜਿਹਨੂੰ ਅੱਜ ਗੁਰੂ ਪਾਤਸ਼ਾਹ ਭਾਈ ਬਚਿੱਤਰ ਦੇ ਹੱਥ ਪਕੜਾਉਣ ਲੱਗੇ ਨੇ, ਬਚਿੱਤਰ ਸਿੰਘ ਦੇ ਹੱਥ ਪਕੜਾਉਣ ਲੱਗੇ ਨੇ। ਖਿਮਾ ਕਰੇ ਜੇ, ਜਦੋਂ ਉਹ ਨਾਗਣੀ ਗੁਰੂ ਪਾਤਸ਼ਾਹ ਨੇ ਭਾਈ ਬਚਿੱਤਰ ਸਿੰਘ ਦੇ ਹੱਥ ਪਕੜਾਈ, ਘੁੱਟ ਕੇ ਗਲਵੱਕੜੀ ਚ ਲਿਆ, ਥਾਪੜਾ ਦਿੱਤਾ, ਗੁਰੂ ਪਾਤਸ਼ਾਹ ਦੀ ਆਗਿਆ ਲੈ ਕੇ ਘੋੜੇ ਤੇ ਸਵਾਰ ਹੋ ਕੇ ਜਿਉਂ ਦਰਵਾਜ਼ਾ ਖੋਲਿਆ, ਉਹਨਾਂ ਦੇ ਆਉਣ ਤੋਂ ਪਹਿਲਾਂ ਸਾਹਮਣੇ ਆਤੀ ਵੇਖਿਆ ਤੇ ਆਪ ਜਾ ਕੇ ਗੁਰੂ ਦਾ ਜੈਕਾਰਾ ਛੱਡ ਕੇ ਉਹਨੇ ਆਪਣੇ ਵੱਲੋਂ ਅਜਿਹੀ ਨਾਗਣੀ ਮਾਰੀ, ਘੁਮਾ ਕੇ ਗੁਰੂ ਦਾ ਸਹਾਰਾ ਲੈ ਕੇ ਪਿਆਰ ਵਾਲਿਓ ਸੱਤ ਤਵੀਆਂ ਨੂੰ ਪਾੜ ਕੇ ਉਹ ਨਾਗਣੀ ਉਸ ਹਾਥੀ ਦੇ ਸਿਰ ਤੱਕ ਅੱਗੇ ਤੱਕ ਪਹੁੰਚ ਗਈ। ਜਿਹੜਾ ਦਰਵਾਜ਼ਾ ਤੋੜਨ ਆਇਆ ਸੀ ਉਹ ਆਪਣੀਆਂ ਫੌਜਾਂ ਨੂੰ ਲਤਾੜਦਾ ਹੋਇਆ ਵਾਪਸ ਚਲਾ ਗਿਆ। ਗੁਰੂ ਘਰ ਦੇ ਸੂਰਮੇ ਨੇ ਜਿੱਤ ਹਾਸਲ ਕਰਕੇ ਆ ਕੇ ਕਲਗੀਧਰ ਪਿਤਾ ਦੇ ਚਰਨ ਚੁੰਮੇ, ਸਤਿਗੁਰੂ ਇੱਕ ਕਿਰਪਾ ਕਰੀ ਜੀਵ ਨਿੱਕੀ ਜਿਹੀ ਪ੍ਰਾਪਤੀ ਕਰਕੇ ਹਉਮੈ ਦੇ ਹੰਕਾਰ ਦੇ ਬੁਰਜ ਤੇ ਬੈਠ ਜਾਂਦਾ, ਤੂੰ ਰਹਿਮਤ ਕਰੀ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਕੇ ਰੱਖੀ। ਸਾਹਿਬਾਂ ਨੇ ਫਿਰ ਥਾਪੜਾ ਦਿੱਤਾ। ਵਕਤ ਗੁਜ਼ਰਿਆ, ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਆਨੰਦਪੁਰ ਸਾਹਿਬ ਨੂੰ ਛੱਡ ਕੇ ਚੱਲੇ ਨੇ ਪੋਹ ਦੀਆਂ ਕਹਿਰ ਭਰੀਆਂ ਰਾਤਾਂ ਵਿੱਚ, ਉਦੋਂ ਭਾਈ ਬਚਿੱਤਰ ਸਿੰਘ ਨਾਲ ਹੈ। ਇਹਦੇ ਨਾਲ ਕੁਝ ਕੁ ਸਿੰਘ ਨੇ ਤੇ ਇਹਨੂੰ ਹੁਕਮ ਹੋਇਆ ਭਾਈ, ਪਿੱਛੋਂ ਇਹਨਾਂ ਨੇ ਹੱਲਾ ਵੀ ਕਰ ਦਿੱਤਾ, ਸਰਹੰਦ ਦੀਆਂ ਫੌਜਾਂ ਨੇ ਵੀ ਹੱਲਾ ਕਰ ਦਿੱਤਾ,
ਰੱਬ ਦਾ ਸਬੱਬ ਉੱਥੇ ਇੱਕ ਰੋਪੜ ਦੇ ਲਾਗੇ ਇੱਕ ਮਲਕਪੁਰ ਰੰਗੜਾ, ਅੱਜ ਕੱਲ੍ਹ ਉਹ ਨਾਂ ਨਾਲ ਰੰਗੜਾ ਹਟ ਗਿਆ, ਅੱਜ ਕੱਲ੍ਹ ਕਹਿੰਦਾ ਮਲਕਪੁਰ ਹੀ ਕਹਿੰਦੇ ਨੇ। ਇਹ ਮਲਕਪੁਰ ਰੰਗੜਾ ਇੱਕ ਪਿੰਡ ਹੈ, ਇੱਥੇ ਆਏ ਤੇ ਇੱਥੇ ਰੰਗੜਾ ਨੇ ਸੋਚ ਲਿਆ ਵੀ ਕਲਗੀਧਰ ਪਿਤਾ ਜੀ ਉੱਥੇ ਛੱਡ ਕੇ ਆ ਰਹੇ ਨੇ ਤੇ ਜਿੰਨਾ ਕੁਛ ਲੁੱਟ ਹੁੰਦਾ ਇਹਨਾਂ ਕੋਲ ਲੁੱਟ ਲਓ, ਜਿਹਦੇ ਕਲਗੀ ਲੱਗੀ ਹੁੰਦੀ ਹੈ, ਜਿਹਦੇ ਕੋਲ ਸਾਜ਼ਬਾਜ ਨੇ, ਜਿਹੜਾ ਨੀਲੇ ਦਾ ਸ਼ਾਹ ਸਵਾਰ ਹੈ, ਜਿਹਦੇ ਘਰ ਦਾ ਕਵੀ ਇੱਕ ਆਪਣੇ ਹਾਥੀਆਂ ਤੇ ਸਮਾਨ ਲੱਦ ਕੇ ਲੈ ਕੇ ਜਾਂਦਾ, ਉਹਦੇ ਕੋਲ ਪਤਾ ਨਹੀਂ ਕੀ ਕੁਝ ਹੋਵੇਗਾ ਤੇ ਕਿੰਨਾ ਚੰਗਾ ਹੋਵੇਗਾ ਅਸੀਂ ਜਾਂਦੇ ਹੋਏ ਉਹਨੂੰ ਲੁੱਟ ਲਈਏ। ਇੱਥੇ ਰੰਗੜਾ ਨੇ ਹਮਲਾ ਕਰ ਦਿੱਤਾ, ਸਰਹੰਦ ਦੀ ਫੌਜ ਨੇ ਹਮਲਾ ਕਰ ਦਿੱਤਾ ਮਲਕਪੁਰ ਰੰਗੜਾ ਦੇ ਵਿੱਚ। ਭਾਈ ਬਚਿੱਤਰ ਸਿੰਘ ਦੇ ਨਾਲ ਦੇ ਸਾਥੀ ਸਾਰੇ ਦੇ ਸਾਰੇ ਸ਼ਹੀਦ ਹੋ ਗਏ, ਪਰ ਇਹਦੀ ਜ਼ਿੰਦਗੀ ਇੰਨੀ ਜ਼ਖਮੀ ਹੋ ਗਈ, ਉੱਥੇ ਪਿਆ ਹਜੇ ਸਹਿਕਦਾ ਪਰ ਜਿੰਦ ਦਾ ਛੁਟਕਾਰਾ ਨਹੀਂ ਹੋਇਆ। ਹਾਲੇ ਉਹਦੀ ਜ਼ਿੰਦ ਰੱਬੀ ਭਾਣੇ ਵਿੱਚ, ਪਰਮੇਸ਼ਰ ਦੇ ਭਾਣੇ ਵਿੱਚ ਹਾਲੇ ਉਵੇਂ ਦੇ ਸਵਾਸ ਚੱਲਦੇ ਨੇ। ਪਿੱਛੋਂ ਭਾਈ ਅਜੀਤ ਸਿੰਘ, ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ, ਪਿੱਛੋਂ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਨਾਲ ਉਹਨਾਂ ਦੇ ਭਾਈ ਮਦਨ ਸਿੰਘ ਨਾਂ ਦਾ ਬੰਦਾ, ਇੱਕ ਗੁਰਮੁਖ ਜਨ, ਇਹ ਵੀ ਨਾਲ ਹੈ। ਇਹਨਾਂ ਦੋਨਾਂ ਦੀ ਡਿਊਟੀ ਲੱਗੀ ਸੀ ਕਲਗੀਧਰ ਪਿਤਾ ਵੱਲੋਂ। ਇਹ ਦੋਵੇਂ ਜਣੇ ਆਉਂਦੇ ਨੇ, ਇਹਨਾਂ ਦੋਨਾਂ ਨੇ ਆਉਂਦਿਆਂ ਹੋਇਆਂ ਪਿੱਛੇ ਜਿੱਥੇ ਫੌਜਾਂ ਨੂੰ ਰੋਕਿਆ ਤੇ ਇਹਨਾਂ ਨੇ ਆਉਂਦਿਆਂ ਹੋਇਆਂ ਵੇਖਿਆ ਭਾਈ ਭਾਈ ਬਚਿੱਤਰ ਸਿੰਘ ਹੋਰਾਂ ਦੇ ਅਜੇ ਸਵਾਸ ਚੱਲਦੇ ਨੇ। ਭਾਈ ਬਚਿੱਤਰ ਸਿੰਘ ਹੋਰਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਹੋਰਾਂ ਨੇ ਆਪਣੇ ਘੋੜੇ 'ਤੇ ਪਾਇਆ, ਘੋੜੇ 'ਤੇ ਪਾ ਕੇ ਲੈ ਕੇ ਆ ਗਏ ਅਤੇ ਉੱਥੋਂ 6 ਕਿਲੋਮੀਟਰ ਦੀ ਦੂਰੀ ਉੱਤੇ ਇੱਕ ਕੋਟਲਾ ਪਿੰਡ ਹੈ ਜਿੱਥੇ ਨਿਹੰਗ ਖਾਂ, ਇੱਥੇ ਇੱਕ ਗੁਰੂ ਘਰ ਦਾ ਸ਼ਰਧਾਲੂ ਰਹਿੰਦਾ। ਯਾਦ ਰੱਖਿਓ ਜੇ ਇਸੇ ਪਰਿਵਾਰ ਵਿੱਚੋਂ ਗਨੀ ਖਾਂ ਅਤੇ ਨਬੀ ਖਾਂ ਨੇ, ਕਿੰਨਾ ਕੋਈ ਇਤਿਹਾਸ ਤੁਹਾਡੇ ਨਾਲ ਫੁੱਲ ਕੇ ਸਾਂਝਾ ਕਰਾਂ, ਖਿਮਾ ਕਰਿਓ ਜੇ। ਇੱਥੇ ਹੀ ਨਿਹੰਗ ਖਾਂ ਦੇ ਰਿਸ਼ਤੇਦਾਰ ਨੇ ਗਨੀ ਖਾਂ ਅਤੇ ਨਬੀ ਖਾਂ, ਜਿਹੜੇ ਉੱਚਾ ਪੀਰ ਬਣਾਉਂਦੇ ਨੇ ਕਲਗੀਧਰ ਪਿਤਾ ਨੂੰ ਅੱਗੇ ਜਾ ਕੇ। ਉਹ ਇੱਥੇ ਕੋਟਲਾ ਨਿਹੰਗ ਦੇ ਵਿੱਚ, ਨਿਹੰਗ ਕੋਟਲਾ ਨਿਹੰਗ ਇਹਦਾ ਨਾਂ ਤਾਂ ਪੈ ਗਿਆ ਕਿਉਂਕਿ ਨਿਹੰਗ ਖਾਂ ਇੱਥੇ ਖਾਨ ਇੱਥੇ ਰਹਿੰਦਾ ਪਹਿਲਾਂ, ਉਹ ਬੜਾ ਸ਼ਰਧਾਲੂ ਹੈ ਗੁਰੂ ਘਰ ਦਾ ਤੇ ਇਹਨੇ ਘਰ ਵਿੱਚ ਪਹਿਲਾਂ ਹੀ ਕਲਗੀਧਰ ਪਿਤਾ ਜੀ ਮਹਾਰਾਜ ਆ ਗਏ ਨੇ ਤੇ ਇੱਥੇ ਹੀ ਭਾਈ ਬਚਿੱਤਰ ਸਿੰਘ ਨੂੰ ਲੈ ਆਉਂਦਾ। ਭਾਈ ਬਚਿੱਤਰ ਸਿੰਘ ਨੂੰ ਜਦੋਂ ਇੱਥੇ ਲੈ ਕੇ ਆਏ ਤੇ ਰੱਬ ਦਾ ਸਬੱਬ ਉਹਨਾਂ ਦਾ ਸਰੀਰ ਬਹੁਤਾ ਜ਼ਿਆਦਾ ਜ਼ਖਮੀ ਹੈ, ਬਹੁਤਾ ਜ਼ਿਆਦਾ ਜ਼ਖਮੀ ਹੈ ਤੇ ਉਹਨਾਂ ਨੂੰ ਇੰਨੇ ਸਮੇਂ ਦੇ ਵਿੱਚ ਪਿੱਛੇ ਫੌਜ ਲੱਗੀ ਹੋਈ, ਉਹ ਨਿਹੰਗ ਦੇ ਘਰ ਆ ਪਹੁੰਚੀ, ਨਿਹੰਗ ਖਾਂ ਦੇ ਘਰ ਆ ਪਹੁੰਚੀ। ਕੋਟਲੇ ਪਿੰਡ ਵਿੱਚ ਆ ਕੇ ਉਹਨਾਂ ਘੇਰਾ ਪਾ ਲਿਆ ਤੇ ਘੇਰਾ ਪਾ ਲਿਆ, ਆਖਿਰਕਾਰ ਪਤਾ ਲੱਗਿਆ ਵੀ ਗੁਰੂ ਘਰ ਦਾ ਇਹ ਸ਼ਰਧਾਲੂ ਹੈ, ਹੈ ਭਾਵੇਂ ਇਹ ਖਾਨ ਹੈ ਪਰ ਆਖਿਰ ਇਹ ਹੈ ਗੁਰੂ ਘਰ ਦਾ ਸ਼ਰਧਾਲੂ ਹੈ ਤੇ ਇਹਦੇ ਘਰ ਦੀ ਤਲਾਸ਼ੀ ਲਈ ਜਾਏ। ਕਈ ਹੋਰ ਘਰਾਂ ਦੀ ਵੀ ਤਲਾਸ਼ੀ ਲਈ ਪਰ ਉਦੋਂ ਇਸ ਘਰ ਦੀ ਵੀ ਤਲਾਸ਼ੀ ਲਈ। ਜਦੋਂ ਇਹ ਤਲਾਸ਼ੀ ਲਈ ਤੇ ਨਿਹੰਗ ਖਾਂ ਨੇ ਹੁਣ ਕਲਗੀਧਰ ਪਿਤਾ ਦੇ ਚਰਨਾਂ ਵਿੱਚ ਇੱਕ ਅਰਦਾਸ ਕੀਤੀ, ਸਹਿਬਾ ਤੇਰਾ ਕਈ ਵਾਰੀ ਸ਼ਬਦ ਸੁਣਿਆ ਪਰ ਅੱਜ ਉਹ ਸ਼ਬਦ ਦੇ ਵਰਤਣ ਦਾ ਵਕਤ ਆ ਗਿਆ, ਅੱਜ ਉਹ ਸ਼ਬਦ ਦੇ ਵਰਤਣ ਦਾ ਵਕਤ ਆ ਗਿਆ। ਉਹ ਸ਼ਬਦ ਸੁਣਿਆ ਸੀ ਗੁਰਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ, ਨਿਵਰੇ ਦੂਤ ਦੁਸ਼ਟ ਬੈ ਰਾਈ, ਗੁਰਪੂਰੇ ਕਾ ਜਪਿਆ ਜਾਪ, ਕਹਾਂ ਕਰੇ ਕੋਈ ਬੇਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ, ਸਿਮਰ 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 ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ, ਤਾਂ ਕਿ ਸ਼ਰਨ ਪਰਿਓ ਨਾਨਕ ਦਾਸ,
ਜਾਂ ਤੇ ਉੱਪਰ ਕੋ ਨਾਹੀਂ, ਜਿਸ ਤੋਂ ਵੱਡਾ ਕੋਈ ਨਹੀਂ ਹੈ ਸਤਿਗੁਰਾਂ, ਮੈਂ ਅੱਜ ਉਹਦੀ ਚਰਨ ਸ਼ਰਨ ਵਿੱਚ ਪਿਆ ਹੋਇਆ। ਫੌਜ ਨੇ ਘੇਰਾ ਪਾ ਲਿਆ, ਬੂਹਾ ਖੜਕਾ ਦਿੱਤਾ ਮੇਰਾ, ਉਹ ਮੇਰਾ ਵਾਲੇ ਸਾਈਆਂ ਮੇਰੀ ਲਾਜ ਰੱਖ ਲਈ, ਕਿਤੇ ਇਹ ਨਾ ਹੋਵੇ ਨਿਹੰਗ ਖਾਂ ਦਾ ਕਰ ਕਲੰਕਿਤ ਹੋ ਜਾਏ, ਇੱਥੇ ਕਲਗੀਧਰ ਪਿਤਾ ਦੇ ਸਵਾਸ ਖਤਮ ਹੋਏ ਸਨ, ਕਿਤੇ ਨਿਹੰਗ ਘਰ ਦਾ ਨਿਹੰਗ ਖਾਣ ਦਾ ਘਰ ਕਿਤੇ ਕਲੰਕਿਤ ਨਾ ਹੋ ਜਾਏ, ਸੇਵਾ ਕਰਨ ਦੀ ਬਜਾਏ ਕਿਤੇ ਇਹ ਨਾ ਹੋ ਜਾਏ ਇਹ ਘਰ ਇੱਕ ਇਹੋ ਜਿਹਾ ਇਤਿਹਾਸ ਵਿੱਚ ਕਲੰਕ ਬਣ ਜਾਏ। ਇੱਥੇ ਕਲਗੀਧਰ ਪਿਤਾ ਨੇ ਸ਼ਹਾਦਤ ਦਿੱਤੀ ਸੀ, ਮੇਰੀ ਪੱਤ ਰੱਖ ਲਈ ਉਹ ਸਾਹਿਬਾ, ਮੈਂ ਤਾਂ ਸੇਵਾ ਕਰਨ ਦੀ ਭਾਵਨਾ ਨਾਲ ਤੇਰੇ ਚਰਨਾਂ ਵਿੱਚ ਜੁੜਿਆ, ਮੇਰੀ ਕੋਈ ਮਾੜੀ ਭਾਵਨਾ ਨਹੀਂ ਸੀ। ਸਤਿਗੁਰੂ ਨੇ ਉਸੇ ਵੇਲੇ ਥਾਪੜਾ ਦਿੱਤਾ, ਕਹਿਣ ਲੱਗੇ ਗੁਰੂ ਤੇ ਭਰੋਸਾ ਰੱਖ। ਸਤ ਬਚਨ ਇਤਿਹਾਸ ਇਹ ਗੱਲ ਆਖਦਾ, ਭਾਈ ਬਚਿੱਤਰ ਸਿੰਘ ਹੋਰੀ ਬਹੁਤੇ ਜ਼ਖਮੀ ਨੇ ਅਤੇ ਉਹਨਾਂ ਦੀ ਹਾਲਤ ਬਹੁਤੀ ਮਾੜੀ ਹੈ, ਅਤੇ ਇਹਨੇ ਜਦੋਂ ਤਲਾਸ਼ੀ ਕੀਤੀ ਉਹਨਾਂ ਨੇ, ਅਤੇ ਇੱਕ ਕਮਰੇ ਵਿੱਚ ਉਹਨਾਂ ਬਚਨ ਆਖੇ, ਕਹਿਣ ਲੱਗੇ ਇਸ ਕਮਰੇ ਦਾ ਬੂਹਾ ਨਾ ਖੋਲਿਓ। ਉਹਨਾਂ ਆਖਿਆ ਕਿਉਂ? ਜ਼ਾਲਮਾ ਆਖਿਆ ਕਿਉਂ? ਨਿਹੰਗ ਖਾਂ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਇੱਥੇ ਮੇਰੇ ਧੀ ਅਤੇ ਜਵਾਈ ਨੇ, ਇੱਥੇ ਮੇਰੀ ਧੀ ਹੈ ਅਤੇ ਜਵਾਈ ਹੈ, ਇਸ ਲਈ ਇਸ ਕਮਰੇ ਨਾ ਖੋਲਿਓ। ਰੱਬ ਦਾ ਸਬੱਬ, ਉਸ ਵੇਲੇ ਭਾਈ ਬਚਿੱਤਰ ਸਿੰਘ ਦੇ ਸਰੀਰ ਉੱਤੋਂ ਬਸਤਰ ਲਾ ਕੇ ਉਹ ਉਹਨਾਂ ਦੀ ਬੱਚੀ, ਉਹਦਾ ਨਾਮ ਮੁਮਤਾਜ ਹੈ, ਯਾਦ ਰੱਖਣ ਯੋਗ ਬਾਤ, ਉਸ ਬੇਟੀ ਦਾ ਨਾਮ ਮੁਮਤਾਜ ਹੈ, ਇਹ ਨਿਹੰਗ ਖਾਨ ਦੀ ਬੇਟੀ ਹੈ, ਤੇ ਇਹਨੇ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਉਹਦੇ ਭਾਈ ਬਚਿੱਤਰ ਸਿੰਘ ਦੇ ਜ਼ਖਮਾਂ ਨੂੰ ਧੋਣ ਲਈ। ਜਦੋਂ ਉਹਨੇ ਬਸਤਰ ਇਵੇਂ ਉੱਤਰੇ ਵੇਖੇ, ਥੋੜਾ ਜਿਹਾ ਦਰਵਾਜ਼ਾ ਖੋਲ੍ਹ ਕੇ, ਤੇ ਉਸੇ ਵੇਲੇ ਉਹਨਾਂ ਨੇ ਦਰਵਾਜ਼ਾ ਲਾ ਦਿੱਤਾ। ਬਚਨ ਆਖਿਆ ਸਾਡੇ ਕੋਲੋਂ ਗਲਤੀ ਹੋ ਗਈ, ਉਸ ਵੇਲੇ ਭਾਵੇਂ ਜ਼ਖਮਾਂ ਨੂੰ ਧੋਣ ਦੀ ਕੋਸ਼ਿਸ਼ ਕੀਤੀ ਗਈ, ਬੜੀ ਕੋਸ਼ਿਸ਼ ਕੀਤੀ ਗਈ, ਪਰ ਭਾਈ ਬਚਿੱਤਰ ਸਿੰਘ ਇੱਥੇ ਕਲਗੀਧਰ ਪਿਤਾ ਜੀ ਮਹਾਰਾਜ ਦੇ ਚਰਨਾਂ ਵਿੱਚ ਜੁੜਿਆ ਹੋਇਆ, ਆਪਣੀ ਜ਼ਿੰਦਗੀ ਦੇ ਆਖਰੀ ਸਵਾਸ ਲੈ ਕੇ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸ਼ਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਆਪਣੇ ਆਪੇ ਦਾ ਤਿਆਗ ਕਰਕੇ ਆਪਣੇ ਮਾਲਕ ਪਰਮੇਸ਼ਰ ਨਿਰੰਕਾਰ ਦੇ ਚਰਨਾਂ ਵਿੱਚ ਜਾ ਕੇ ਆਪਣਾ ਆਪਾ ਅਭੇਦ ਕਰ ਦਿੱਤਾ। ਯਾਦ ਰੱਖਣ ਯੋਗ ਬਾਤ ਹੈ, ਇੱਥੋਂ ਦੇ ਦੋ ਬੰਦਿਆਂ ਨੇ, ਇੱਕ ਤਰਖਾਣ ਹੈ ਉਹਨਾਂ ਦਾ ਬਹੁਤਾ ਇਤਿਹਾਸ ਵਿੱਚ ਨਾਂ ਨਹੀਂ ਆਇਆ, ਇੱਥੋਂ ਦੇ ਦੋ ਬੰਦਿਆਂ ਨੇ ਸਤਿਗੁਰਾਂ ਨੇ ਡਿਊਟੀ ਲਾਈ, ਇੱਥੋਂ ਦੇ ਦੋ ਬੰਦਿਆਂ ਨੇ ਕੋਟਲਾ ਦੇ ਪਿੰਡ ਦੇ ਦੋ ਬੰਦਿਆਂ ਨੇ ਉਸ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਕਰ ਦਿੱਤਾ। ਜਦੋਂ ਸੰਸਕਾਰ ਕਰ ਦਿੱਤਾ, ਕਲਗੀਧਰ ਪਿਤਾ ਜੀ ਅੱਗੇ ਚਲੇ ਗਏ। ਇਸ ਬੇਟੀ ਮੁਮਤਾਜ ਨੇ ਹੁਣ ਇਹ ਮੰਗੀ ਹੋਈ ਸੀ ਇੱਕ ਮੁਸਲਮਾਨ ਨੂੰ, ਬਸੀ ਪਠਾਣਾ ਦਾ ਉਹ ਮੁਸਲਮਾਨ ਹੈ, ਯਾਦ ਰੱਖਣ ਯੋਗ ਬਾਤ ਹੈ, ਮੈਂ ਬੇਨਤੀ ਕਰਦਿਆਂ, ਜਿੰਨੀਆਂ ਵੀ ਬਸੀਆਂ ਨੇ ਹਿੰਦੁਸਤਾਨ ਦੀ ਧਰਤੀ ਉੱਤੇ, ਉਹ ਸਾਰੀਆਂ ਬਸੀਆਂ ਇਹਨਾਂ ਮੁਸਲਮਾਨਾਂ ਨੇ ਐਸ਼ੋ ਇਸ਼ਰਤ ਕਰਨ ਵਾਸਤੇ ਵਸਾਈਆਂ ਸਨ, ਜਿੰਨੀਆਂ ਵੀ ਬਸੀਆਂ ਸਨ। ਤੁਸੀਂ ਕਦੇ ਇਤਿਹਾਸ ਵਿੱਚ ਪੜ੍ਹੋਗੇ ਤੇ ਜਦੋਂ ਵੀ ਕਦੇ ਬੱਚੀਆਂ ਨੂੰ ਛਡਾ ਕੇ ਲੈ ਕੇ ਆਉਂਦੇ ਰਹੇ ਸਿੱਖ, ਉਦੋਂ ਬਹੁਤੀ ਵਾਰੀ ਬਸੀਆਂ ਤੋਂ ਲੈ ਕੇ ਆਉਂਦੇ ਰਹੇ। ਇਹ ਬਸੀ ਪਠਾਣਾ ਵੀ ਕੈਸ਼ੋ ਇਸ਼ਰਤ ਕਰਨ ਵਾਲੀ ਥਾਂ ਹੈ। ਇਸੇ ਤਰ੍ਹਾਂ ਦੀ ਇੱਕ ਬਸੀ ਹੈ ਜਿਹੜੀ ਹੁਸ਼ਿਆਰਪੁਰ ਦੇ ਇਲਾਕੇ 'ਚ ਹੈ, ਉੱਥੇ ਵੀ ਇੱਕ ਬਸੀ ਹੈ। ਇੱਥੇ ਬਾਬਾ ਅਜੀਤ ਸਿੰਘ ਨੇ, ਹਾਲੇ ਉਹਨਾਂ ਦੀ ਉਮਰ ਪੂਰੇ 18 ਸਾਲ ਦੀ ਨਹੀਂ ਸੀ ਹੋਈ, ਜਦੋਂ ਬਾਬਾ ਅਜੀਤ ਸਿੰਘ ਨੂੰ ਇੱਥੇ ਦਵਾਰਕਾ ਦਾਸ, ਇੱਕ ਉਹਦਾ ਨਾਂ ਹੈ ਪੰਡਿਤ ਦਾ, ਦਵਾਰਕਾ ਦਾਸ ਦੀ ਘਰਵਾਲੀ ਨੂੰ ਉਹ ਜਨਮ ਚੁੱਕ ਕੇ ਲੈ ਗਿਆ ਸੀ, ਬਾਬਾ ਅਜੀਤ ਸਿੰਘ ਨੇ ਛਡਵਾ ਕੇ ਲੈ ਕੇ ਆਏ ਸੀ। ਗੱਲ ਵੱਖਰੀ ਹੈ, ਮੈਂ ਆਪਣੀ ਗੱਲ ਵੱਲ ਚੱਲਾਂ, ਇਹਦੇ ਵਿੱਚੋਂ ਨਿਕਲ ਆਉਂਦੀਆਂ ਨੇ ਗੱਲਾਂ,
ਤੁਹਾਡੇ ਨਾਲ ਸਾਂਝੀਆਂ ਕਰ ਲੈਣਾ। ਉਹ ਮਮਤਾਜ ਜਿਹੜੀ ਹੈ ਇਹ ਨਾ ਹੁਣ ਮੰਗਣੀ ਹੋਈ ਹੋਈ ਹੈ ਇਹ ਬੱਸੀ ਪਠਾਣਾ ਦੇ ਇੱਕ ਨੌਜਵਾਨ ਲੜਕੇ ਨਾਲ, ਤੇ ਇਹਨੇ ਆਪਣੇ ਪਿਤਾ ਦੇ ਕੋਲ ਅੱਜ ਹੱਥ ਜੋੜ ਕੇ ਇੱਕ ਬੇਨਤੀ ਕੀਤੀ। ਕਹਿਣ ਲੱਗੀ, ਪਿਤਾ ਜੀ ਕੁਝ ਨਹੀਂ ਮੰਗਿਆ ਤੁਹਾਡੇ ਚਰਨਾਂ ਵਿੱਚੋਂ, ਜਿਵੇਂ ਦਾ ਪਾਲਿਆ, ਜਿਵੇਂ ਦਾ ਪੜ੍ਹਾਇਆ, ਜਿਵੇਂ ਦਾ ਰੱਖਿਆ, ਮੈਂ ਰਹਿ ਕੇ ਆਪਣੀ ਜ਼ਿੰਦਗੀ ਦੇ ਦਿਨ ਗੁਜ਼ਾਰ ਲਏ, ਅੱਜ ਤੇਰੇ ਦਰ ਤੋਂ ਝੋਲੀ ਅੱਡ ਕੇ ਇੱਕ ਮੰਗ ਮੰਗਣ ਲੱਗੀ ਹੈ। ਇਹ ਮੰਗ ਵੀ ਮੈਂ ਆਪਣੇ ਵੱਲੋਂ ਨਹੀਂ ਮੰਗੀ, ਮੇਰਾ ਕੋਈ ਮਨ ਮੈਲਾ ਨਹੀਂ ਹੋਇਆ, ਮੈਂ ਆਪਣੇ ਜੀਵਨ ਨੂੰ ਕੋਈ ਮਨ ਮੈਲਾ ਨਹੀਂ ਕੀਤਾ, ਮੇਰਾ ਮਨ ਨਹੀਂ ਉਹਦੇ ਤੇ ਮੌਤ ਹੋਇਆ, ਕਿਤੇ ਮੇਰੇ ਮਨ ਦੀ ਕੋਈ ਭਾਵਨਾ ਸਮਝੇ। ਪਰ ਪਿਤਾ ਜੀ ਮੇਰੇ ਲਈ ਤੁਸੀਂ ਵਚਨ ਕਰ ਦਿੱਤੇ ਸੀ ਵੀ ਇਸ ਕਮਰੇ 'ਚ ਮੇਰੇ ਧੀ ਅਤੇ ਜਵਾਈ ਪਏ ਹੋਏ ਨੇ, ਤੇ ਪਿਤਾ ਜੀ ਭਾਵੇਂ ਉਹਦੇ ਨਾਲ ਮੇਰੀ ਮੰਗਣੀ ਹੋਈ ਹੈ ਪਰ ਇਹਦੇ ਨਾਲ ਤਾਂ ਤੁਸੀਂ ਮੈਨੂੰ ਕਹਿ ਦਿੱਤਾ ਨਾ ਮੇਰੇ ਧੀ ਤੇ ਜਵਾਈ ਪਏ ਨੇ, ਮੇਰੇ ਤੇ ਕਿਰਪਾ ਕਰੋ ਜੇ, ਮੇਰੇ ਤੇ ਰਹਿਮਤ ਕਰੋ ਜੇ, ਮੈਂ ਆਪਣੀ ਜ਼ਿੰਦਗੀ ਦੇ ਅੰਦਰ ਏਡੇ ਵੱਡੇ ਮਹਾਨ ਸ਼ਹੀਦ ਦੀ ਪਤਨੀ ਕੁਹਾ ਕੇ ਆਮ ਮੁਗਲਾਂ ਦੇ ਬੂਹਿਆਂ ਤੇ ਨਹੀਂ ਰੁੜਨਾ ਚਾਹੁੰਦੀ, ਮੁਸਲਮਾਨਾਂ ਦੇ ਬੂਹਿਆਂ ਤੇ ਨਹੀਂ ਰੁੜਨਾ ਚਾਹੁੰਦੀ। ਪਿਤਾ ਜੀ ਜਿਹੜਾ ਤੇਰਾ ਸਿਰ ਕਲਗੀਧਰ ਦੇ ਚਰਨਾਂ ਵਿੱਚ ਝੁਕਦਾ ਰਿਹਾ, ਅੱਜ ਤੈਨੂੰ ਉਸੇ ਸਿਰ ਦੀ ਕਸਮ ਹੈ, ਮੈਨੂੰ ਮੇਰੇ ਇਸੇ ਪਤੀ ਦੇ ਨਾਲ ਰਹਿਣ ਦੇਵੀ, ਮੈਂ ਤੈਨੂੰ ਜ਼ਿੰਦਗੀ ਭਰ ਕਦੇ ਉਲਾਮਾ ਨਹੀਂ ਲਿਆ ਕੇ ਦਿਆਂਗੀ, ਭਾਵੇਂ ਮੇਰੀ ਜ਼ਿੰਦਗੀ ਕੁਆਰੀ ਰਵੇਗੀ। ਯਾਦ ਰੱਖਣ ਯੋਗ ਬਾਤ ਹੈ, ਇਸ ਗੱਲ ਨੂੰ ਚੇਤੇ ਰੱਖਣ ਯੋਗ ਬਾਤ ਹੈ, ਮੈਂ ਬੇਨਤੀ ਕਰਾਂ, ਉਹਨੇ ਸਾਰੀ ਜ਼ਿੰਦਗੀ ਕੁਆਰੀ ਨੇ ਕੱਟੀ ਹੈ। ਅੱਜ ਵੀ ਉਹਦੀ ਜਿਹੜੀ ਕਬਰ ਹੈ ਉਹ ਕੋਟਲਾ ਨਿਹੰਗ ਵਿੱਚ ਅੱਜ ਵੀ ਉਹ ਕਬਰ ਮਿਲਦੀ ਹੈ। ਸਿੱਖੀ ਨੇ, ਮੈਂ ਫਿਰ ਬੇਨਤੀ ਕਰਦੇ ਹਾਂ, ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਸ਼ਹਾਦਤਾਂ ਕੋਈ ਹੋਰ ਦਿੰਦੇ ਰਹੇ ਤੇ ਰੋਟੀਆਂ ਆਪਣੇ ਸਵਾਰਥ ਦੀਆਂ ਕੋਈ ਹੋਰ ਸੇਕਦੇ ਰਹੇ, ਇਹ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਰਿਹਾ, ਬਹੁਤ ਲੰਮੇਰਾ ਸਮਾਂ ਇਵੇਂ ਦਾ ਇਵੇਂ ਰਿਹਾ। ਜੇ ਤੁਸੀਂ ਕਿਤੇ ਪੁਰਾਣੇ ਅੰਕੜੇ ਪੜ੍ਹੋ, ਮੈਂ ਉਧਰਲੇ ਪਾਸੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਖਿਲਾਰਾ ਜ਼ਰਾ ਖਿਲਰ ਜਾਏਗਾ, ਸਿਰਫ ਇੰਨੀ ਕੁ ਬੇਨਤੀ ਕਰਨਾ ਚਾਹੁੰਦਾ, ਜੇ ਤੁਸੀਂ ਦੇਖੋ ਕਦੇ ਧਿਆਨ ਦੇ ਨਾਲ, ਇੱਕੋ ਹੀ ਉਦਾਹਰਨ ਦਿਆਂ, 1947 ਦੇ ਤੱਕ 66 ਬੰਦੇ ਤੋਪ ਨਾਲ ਉਡਾਏ ਗਏ, ਲੇਕਿਨ ਹੈਰਾਨੀ ਦੀ ਗੱਲ ਹੈ ਉਹ 66 ਦੇ 66 ਹੀ ਗੁਰੂ ਕੇ ਸਿੱਖ ਨੇ। ਮੈਂ ਬਹੁਤ ਵਾਰੀ ਇੱਕ ਬੇਨਤੀ ਕਰਨਾ, ਕੁਲਵੀਰ ਸਿੰਘ ਕੌੜਾ ਨੇ ਕਿਤਾਬ ਲਿਖੀ ਹੈ ਤੇ ਸਿੱਖ ਵੀ ਨਿਕਲਿਆ ਗਿਆ, ਉਹਨੇ ਗੱਲ ਲਿਖੀ ਬੜੀ ਕਮਾਲ ਦੀ, ਮੈਂ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ, ਇਸ ਲਈ ਭਾਈ ਸਾਨੂੰ ਗੱਲ ਦੀ ਸਮਝ ਲੱਗ ਜਾਏ, ਇਸ ਗੱਲ ਦਾ ਬੁਰਾ ਬੜੇ ਮਨਾਉਂਦੇ ਨੇ, ਪਰ ਮੈਂ ਅਰਜ਼ ਕਰਾਂ ਬੁਰਾ ਮਨਾਉਣ ਦੀ ਲੋੜ ਨਹੀਂ, ਇਹਨੂੰ ਸੋਚਣ ਦੀ ਲੋੜ ਹੈ, ਅੱਜ ਲੋੜ ਹੈ। ਉਹਨੇ ਇੱਕ ਬਚਨ ਲਿਖਿਆ, ਕਹਿਣ ਲੱਗੇ ਬੱਕਰੇ ਨੇ ਜਦੋਂ ਵੀ ਕਦੇ ਸਿਰ ਦਿੱਤਾ, ਕਸਾਈ ਕੋਲ ਸਿਰ ਹੀ ਦਿੱਤਾ, ਉਹ ਕਦੇ ਆਪਣੀ ਮੌਤ ਨਹੀਂ ਮਰਿਆ। ਬੱਕਰੇ ਨੇ ਜਦੋਂ ਵੀ ਦਿੱਤਾ ਸਿਰ ਹੀ ਦਿੱਤਾ, ਉਹ ਆਪਣੀ ਕਦੇ ਮੌਤ ਨਹੀਂ ਮਰਿਆ। ਕਹਿਣ ਲੱਗੇ ਪਰ ਉਹਦੀ ਪ੍ਰਾਪਤੀ ਕੀ ਹੈ? ਇਹ ਗੁਰੂ ਕੇ ਸਿੱਖ ਪਿਆਰਿਆ, ਤੇਰਾ ਸਿਰ ਲੈ ਕੇ ਜ਼ਾਲਮ ਆਜ਼ਾਦੀ ਲੈ ਲੈਂਦੇ ਨੇ, ਆਪਣੀਆਂ ਕੁਰਸੀਆਂ ਲਾ ਲੈਂਦੇ ਨੇ, ਮੁੜ ਕੇ ਤੈਨੂੰ ਤੇਰੇ ਪੰਜਾਬ ਵਿੱਚ ਵੀ ਸੁੱਖ ਦਾ ਸਾਹ ਨਹੀਂ ਲੈਣ ਦਿੰਦੇ, ਹਰ ਵਾਰੀ ਸ਼ਹਾਦਤਾਂ ਦੇਈ ਜਾਂਦਾ, ਸ਼ਹਾਦਤਾਂ ਦੇਈ ਜਾਂਦਾ, ਜ਼ਾਲਮ ਲੋਕ ਤੇਰੀਆਂ ਹੱਡੀਆਂ ਦੇ ਉੱਤੇ ਆਪਣੀਆਂ ਰੋਟੀਆਂ ਲਾਈ ਜਾਂਦੇ ਨੇ। ਉਹ ਸਿਆਣਾ ਬਣ, ਆਪਣੇ ਸਿਰ ਨੂੰ ਵਰਤ, ਆਪਣੇ ਸੋਚ ਨੂੰ ਵਰਤ, ਵੇਖ ਜਿਹੜੇ ਸਿੱਖੀ ਦੇ ਦੁਸ਼ਮਣ ਨੇ, ਮੈਂ ਉਹਨਾਂ ਨੂੰ ਪਹਿਚਾਣ ਸਕਾਂ, ਮੈਂ ਉਹਨਾਂ ਨੂੰ ਜਾਣ ਸਕਾਂ।
ਕਦੇ ਕਿਸੇ ਲਿਬਾਸ ਵਿੱਚ ਆ ਕੇ ਕੋਈ ਸਿੱਖੀ ਨੂੰ ਤੋੜ ਜਾਂਦਾ, ਕਦੇ ਕਿਸੇ ਲਿਬਾਸ ਵਿੱਚ ਆ ਕੇ ਕੋਈ ਸਿੱਖੀ ਨੂੰ ਤੋੜ ਜਾਂਦਾ। ਅੱਜ ਅਸੀਂ ਇਸ ਵਿਰਸੇ ਤੋਂ ਜਾਣੂ ਨਹੀਂ ਹੋ ਰਹੇ। ਇੱਕ ਛੋਟੀ ਜਿਹੀ ਉਦਾਹਰਣ ਹੋਰ ਦੇ ਦਿਆਂ ਵਿੱਚੋਂ ਚੱਲ ਪੈਂਦੀ ਇਹ ਗੱਲ। ਦੇਖੋ ਇਹਨਾਂ ਦਿਨਾਂ ਦੇ ਵਿੱਚ ਹੀ ਪੁਰਾਣੇ ਕੋਈ ਦਸਾਂ ਕੁ ਸਾਲਾਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੁਰਾਣੇ ਸਰੂਪਾਂ ਦਾ ਸੰਸਕਾਰ ਕਰਨ ਦੇ ਬਹਾਨੇ ਕਿੰਨਾ ਹੀ ਵਿਰਸਾ ਸਾਡਾ ਉਜਾੜ ਦਿੱਤਾ ਗਿਆ। ਤੇ ਜੇ ਅੱਜ ਅਸੀਂ ਕੋਈ ਨਵੀਂ ਬੀੜ ਪੁਰਾਣੀ ਪੁਰਾਤਨ ਬੀੜ ਦੇ ਨਾਲ ਕਿਸੇ ਨਾਲ ਮਿਲਾਉਣੀ ਹੋਵੇ, ਵੀ ਅੱਜ ਕੋਈ ਬੰਦਾ ਵਿੱਚ ਗਲਤੀ ਨਾ ਕਰ ਦੇਵੇ, ਤਾਂ ਅਸੀਂ ਕਿਹੜੀ ਬੀੜ ਨਾਲ ਮਿਲਾਵਾਂਗੇ? ਖਿਮਾ ਕਰਿਓ ਜੇ ਗੁਰਦੁਆਰੇ ਅਸੀਂ ਢਾ ਕੇ ਨਵੇਂ ਬਣਾ ਲਏ, ਗੁਰਦੁਆਰੇ ਨਵੇਂ ਬਣਾਉਣੇ ਮਾੜੇ ਨਹੀਂ, ਪਰ ਨਵੇਂ ਬਣਾ ਲੈਂਦੇ, ਪੁਰਾਣੇ ਨਹੀਂ ਸੀ ਢਾਉਣੇ। ਹੈਰਾਨੀ ਦੀ ਗੱਲ ਹੈ, ਦਰਬਾਰ ਸਾਹਿਬ ਬਿਲਕੁਲ ਕੁਝ ਕਦਮਾਂ ਦੇ ਉੱਤੇ ਜਲਿਆਂ ਵਾਲਾ ਬਾਗ ਹੈ, ਜਲਿਆਂ ਵਾਲੇ ਬਾਗ ਵਿੱਚ ਤਾਂ ਹਾਲੇ ਤੱਕ ਵੀ ਗੋਲੀਆਂ ਦੇ ਨਿਸ਼ਾਨ ਸਾਂਭੇ ਹੋਏ ਨੇ, ਪਰ ਸਿੱਖ ਨੇ ਲਗਦੀ ਵਾਹ ਦਰਬਾਰ ਸਾਹਿਬ ਦੇ ਵਿੱਚੋਂ ਗੋਲੀਆਂ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ। ਮੇਰੇ ਕਹਿਣ ਤੋਂ ਮੁਰਾਦ ਸਿਰਫ ਮੈਂ ਇੰਨੀ ਬੇਨਤੀ ਕਰਨਾ ਚਾਹੁੰਦਾ, ਸਿੱਖੀ ਨੂੰ ਕਿਵੇਂ ਉਜਾੜੀ ਜਾਂਦੇ ਨੇ ਲੋਕ, ਇਹ ਸਿੱਖ ਨਹੀਂ ਜੇ ਸਿਆਣਾ ਹੁੰਦਾ, ਨਹੀਂ ਜੇ ਸਿਆਣਾ ਹੁੰਦਾ। ਬੇਨਤੀ ਕਰ ਰਿਹਾ ਸਾਂ, ਇੱਥੇ ਹੀ ਮੁਮਤਾਜ ਨੇ ਆਪਣੇ ਜੀਵਨ ਦਾ ਅੰਤ ਕੀਤਾ ਤੇ ਇੱਥੇ ਹੀ ਉਹਦੀ ਕਬਰ ਅੱਜ ਵੀ ਮਿਲਦੀ ਹੈ। ਜਿਹੜੀ ਗੱਲ ਅੱਗੇ ਕਰਨੀ ਚਾਹੁੰਦਾ, ਇਸੇ ਭਾਈ ਬਚਿੱਤਰ ਸਿੰਘ ਦੇ ਅੱਗੇ ਦੋ ਪੁੱਤਰ ਨੇ ਹੁਣ, ਇੱਕ ਦਾ ਨਾਂ ਹੈ ਭਾਈ ਸੰਗਰਾਮ ਸਿੰਘ, ਇੱਕ ਦਾ ਨਾਂ ਹੈ ਭਾਈ ਰਾਮ ਸਿੰਘ। ਇਹ ਦੋਵੇਂ ਜਣੇ ਇਹਨਾਂ ਨੂੰ ਵੀ ਆਪਣੇ ਪਿਤਾ ਆਪਣੇ ਦਾਦਾ, ਮੈਂ ਇੱਕ ਵਾਰੀ ਫਿਰ ਬੇਨਤੀ ਕਰਦੇ ਹਾਂ, ਦੇਖੋ ਇਹਨਾਂ ਦੀ ਕੁੱਲ ਕਿੱਡੀ ਲੰਮੀ ਹੈ। ਕੱਲ੍ਹ ਵੀ ਮੈਂ ਇੱਕ ਛੋਟੀ ਜਿਹੀ ਬੇਨਤੀ ਕੀਤੀ ਸੀ, ਸਭ ਤੋਂ ਪਹਿਲਾ ਬਜ਼ੁਰਗ ਹੈ ਇਹਨਾਂ ਦਾ ਭਾਈ ਰਾਓ, ਰਾਓ ਦਾ ਪੁੱਤਰ ਹੈ ਅੱਗੇ ਭਾਈ ਮੂਲਾ, ਮੂਲੇ ਦਾ ਪੁੱਤਰ ਹੈ ਭਾਈ ਬੱਲੂ, ਬੱਲੂ ਦਾ ਪੁੱਤਰ ਹੈ ਭਾਈ ਮਾਈ ਦਾਸ, ਮਾਈ ਦਾਸ ਦਾ ਪੁੱਤਰ ਹੈ ਭਾਈ ਮਨੀ ਸਿੰਘ, ਮਨੀ ਸਿੰਘ ਦਾ ਪੁੱਤਰ ਹੈ ਭਾਈ ਬਚਿੱਤਰ ਸਿੰਘ, ਬਚਿੱਤਰ ਸਿੰਘ ਦੇ ਅੱਗੇ ਪੁੱਤਰ ਨੇ ਭਾਈ ਸੰਗਰਾਮ ਸਿੰਘ, ਅਤੇ ਸੰਗਰਾਮ ਸਿੰਘ ਦਾ ਸਕਾ ਭਰਾ ਹੈ ਭਾਈ ਰਾਮ ਸਿੰਘ। ਏਡੀ ਵੱਡੀ ਕੁੱਲ ਇਹਨਾਂ ਦੀ ਇਹ ਸ਼ਹਾਦਤਾਂ ਦੀ ਲੜੀ ਹੈ, ਇੰਨੀਆਂ ਸ਼ਹਾਦਤਾਂ ਇਹਨਾਂ ਲੋਕਾਂ ਨੇ ਦਿੱਤੀਆਂ ਨੇ। ਖੈਰ, ਜਿਹੜੀ ਬੇਨਤੀ ਕਰਨਾ ਚਾਹੁੰਦਾ ਸਾਂ, ਅੱਜ ਇਸ ਸੰਗਰਾਮ ਸਿੰਘ ਨੇ ਵੀ ਆਪਣਾ ਆਪਾ ਚੱਪੜ ਚਿੜੀ ਦੇ ਜੰਗ ਦੇ ਮੈਦਾਨ ਵਿੱਚ, ਜਦੋਂ ਬੰਦਾ ਸਿੰਘ ਬਹਾਦਰ ਗੁਰੂ ਦੇ ਚਰਨਾਂ ਵਿੱਚੋਂ ਦਾਤ ਲੈ ਕੇ ਗਿਆ, ਮੈਂ ਵੀ ਬੇਨਤੀ ਕਰਦੇ ਹਾਂ ਆਉਣ ਵਾਲੇ ਦਿਨਾਂ 'ਚ ਇਹਦਾ ਵੀ ਇਤਿਹਾਸ ਆਪਾਂ ਫੁੱਲਣਾ, ਤੇ ਉਦੋਂ ਮੈਂ ਸਾਰੀ ਖੁੱਲ੍ਹ ਕੇ ਗੱਲ ਤੁਹਾਡੇ ਨਾਲ ਉਦੋਂ ਕਰਾਂਗਾ। ਅੱਜ ਤੇ ਸਿਰਫ ਛੋਟਾ ਜਿਹਾ ਇੱਕ ਇਸ਼ਾਰਾ ਹੀ ਦੇਣਾ ਚਾਹੁੰਦਾ। ਦੇਖੋ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ 1708 ਵਿੱਚ ਇਹਨੂੰ ਮਿਲਦੇ ਨੇ, 1716 ਦੇ ਵਿੱਚ ਇਹਦੀ ਸ਼ਹਾਦਤ ਹੋ ਜਾਂਦੀ ਹੈ। ਸਿਰਫ ਇਹਦੀ ਜ਼ਿੰਦਗੀ ਦਾ ਸਮਾਂ ਜਿਹੜਾ ਉਹ 7.5 ਸਾਲਾਂ ਦਾ ਗੁਰੂ ਚਰਨਾਂ ਨਾਲ ਜੁੜਿਆ ਹੋਇਆ। ਗੁਰੂ ਚਰਨਾਂ ਵਿੱਚ ਤਾਂ ਬਹੁਤ ਥੋੜ੍ਹਾ ਹੀ ਸਮਾਂ ਰਹਿ ਸਕਿਆ, ਪਰ ਸਿੱਖੀ ਵਾਲਾ ਜੀਵਨ ਇਹਦਾ ਕੇਵਲ 7.5 ਸਾਲ ਦਾ ਹੈ, ਕੇਵਲ 7.5 ਸਾਲ ਦਾ। ਇਤਿਹਾਸ ਵਿੱਚ ਇੱਕ ਥੰਮ ਵਾਂਗੂ ਬੈਠਾ ਬੰਦਾ ਬਹਾਦਰ, ਇਤਿਹਾਸ ਦੇ ਪੰਨਿਆਂ ਵਿੱਚ ਬਿਲਕੁਲ ਭਿੱਜੇ ਹੋਏ ਪੰਨੇ ਨੇ ਸਿੱਖ ਇਤਿਹਾਸ ਦੇ, ਉਹਨਾਂ ਦੇ ਵਿੱਚ ਬੈਠਾ ਉਹ ਬੰਦਾ ਬਹਾਦਰ, ਗੜਕਦਾ ਅੱਜ ਵੀ, ਗਰਜਦਾ ਅੱਜ ਵੀ ਉਹ ਬੰਦਾ ਬਹਾਦਰ। ਉਹ ਅੱਜ ਵੀ ਦੁਨੀਆ ਨੇ ਇੱਕ ਗੱਲ ਕਹਿੰਦਾ, ਕਹਿੰਦਾ ਲੰਮੀ ਸਮੇਂ ਜ਼ਿੰਦਗੀ ਮੈਂ ਗੁਰੂ ਤੋਂ ਟੁੱਟ ਕੇ ਗੁਜ਼ਾਰੀ ਸੀ, ਮੇਰੀ ਜ਼ਿੰਦਗੀ ਦਾ ਕੌਡੀ ਮੁੱਲ ਨਹੀਂ ਸੀ ਪਿਆ ਉਹ ਸੱਜਣਾ, ਗੁਰੂ ਨਾਲ ਮਿਲ ਕੇ ਕੇਵਲ ਮੈਂ 7.5 ਸਾਲ ਜ਼ਿੰਦਗੀ ਗੁਜ਼ਾਰੀ ਹੈ, ਇਤਿਹਾਸ ਮੇਰੇ ਕਦਮਾਂ ਨੂੰ ਚੁੰਮਦਾ।
ਇਤਿਹਾਸ ਅੱਜ ਨਮਸਕਾਰਾਂ ਕਰਦਾ ਉਸ ਬੰਦੇ ਬਹਾਦਰ ਨੂੰ, ਉਹਦੇ ਕੋਲੋਂ ਗੱਲਾਂ ਸਿੱਖਦਾ ਅੱਜ ਗੁਰੂ ਦੀਆਂ ਆ ਕੇ, ਉਸ ਬੰਦੇ ਬਹਾਦਰ ਨੂੰ ਮਾਣ ਨਾਲ ਇਤਿਹਾਸ ਵਿੱਚ ਪੜ੍ਹਿਆ ਜਾਂਦਾ ਹੈ ਤਾਂ ਕਿ ਉਹਦੇ ਕੋਲੋਂ ਇਹ ਗੱਲ ਸਿੱਖੀ ਜਾ ਸਕੇ। ਗੁਰੂ ਦਰ ਤੇ ਆਪਾਂ ਵਾਰਨ ਵਾਲੇ ਆ, ਗੁਰੂ ਚਰਨਾਂ ਵਿੱਚ ਆਪਾਂ ਵਾਰਨ ਵਾਲੇ ਆ। ਉਸ ਚੱਪੜ ਚਿੜੀ ਦੇ ਮੈਦਾਨ ਵਿੱਚ ਇਹ ਸਰਹੰਦ ਦੇ ਬਿਲਕੁਲ ਲਾਗੇ ਅਸਥਾਨ ਹੈ। ਯਾਦ ਰੱਖਣ ਯੋਗ ਬਾਤ ਹੈ, ਪਾਪੀ ਅੱਤ ਦਾ ਪਾਪੀ ਵਜ਼ੀਰ ਖਾਂ, ਜਿਹਨੇ ਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੀਹਾਂ 'ਚ ਚਿਣਾਏ ਸਨ, ਇਸੇ ਵਜ਼ੀਰ ਖਾਂ ਦੀ ਫੌਜ ਨੇ ਅਨੰਦਪੁਰ ਸਾਹਿਬ ਘੇਰਾ ਪਾਇਆ ਸੀ। ਇਸੇ ਵਜ਼ੀਰ ਖਾਂ ਨੇ ਅੱਗੇ ਉਹ ਕਲਗੀਧਰ ਪਿਤਾ ਦੇ ਜਮਸ਼ੈਦ ਖਾਂ ਤੇ ਗੁਲ ਖਾਂ ਦੋ ਬੰਦਿਆਂ ਨੂੰ ਭੇਜ ਕੇ ਛੁਰਾ ਮਰਵਾਇਆ ਸੀ ਕਲਗੀਧਰ ਪਿਤਾ ਦੇ। ਇਸੇ ਹੀ ਵਜ਼ੀਰ ਖਾਂ ਇੱਥੇ ਚੱਪੜ ਚਿੜੀ ਦੇ ਮੈਦਾਨ ਵਿੱਚ ਆ ਕੇ ਆਹਮੋ ਸਾਹਮਣੇ ਮੁਕਾਬਲਾ ਹੋਇਆ, ਚੱਪੜ ਚਿੜੀ ਦੇ ਮੈਦਾਨ ਵਿੱਚ ਇਹ ਮਾਰਿਆ ਗਿਆ ਸੀ, ਇਸੇ ਚੱਪੜ ਚਿੜੀ ਦੇ ਮੈਦਾਨ ਵਿੱਚ ਮਾਰਿਆ ਗਿਆ ਇਹ ਵਜ਼ੀਰ ਖਾਂ। ਬੇਨਤੀ ਕਰ ਰਿਹਾ ਸਾਂ, ਇਹ ਕੋਈ ਬਹੁਤੀ ਦੂਰ ਨਹੀਂ, ਤੁਹਾਨੂੰ ਵਕਤ ਮਿਲੇ ਕਦੇ ਜ਼ਰੂਰ ਦੇਖਿਓ, ਇਹ ਸਥਾਨ ਵੇਖਣ ਵਾਲੇ ਨੇ, ਫਤਿਹਗੜ੍ਹ ਸਾਹਿਬ ਤੋਂ ਕੁਝ ਹੀ ਦੂਰੀ ਦੇ ਉੱਤੇ ਨੇ। ਚੱਪੜ ਚਿੜੀ ਅਸਥਾਨ ਹੈ ਜਿੱਥੇ ਅੱਜ ਕੱਲ੍ਹ ਬੜਾ ਮਸ਼ਹੂਰ ਅਸਥਾਨ, ਚੱਪੜ ਚਿੜੀ ਦੇ ਨਾਂ 'ਤੇ ਤਾਂ ਘੱਟ ਗਿਆ, ਮੈਂ ਕਹਿੰਦੀ ਹਾਂ ਸਿੱਖਾਂ ਦਾ ਇਤਿਹਾਸ ਹੀ ਨਹੀਂ ਸਾਂਭ ਕੇ ਰੱਖ ਸਕੇ। ਉੱਥੇ ਅੱਜ ਕੱਲ੍ਹ ਛੱਤ ਬੀੜ ਹੈ, ਚਿੜੀਆ ਘਰ ਹੈ, ਉਹਦੇ ਨਾਂ ਨਾਲ ਜ਼ਿਆਦਾ ਮਸ਼ਹੂਰ ਹੈ। ਬੇਨਤੀ ਕਰਨੀ ਚਾਹੁੰਦਾ ਸਾਂ, ਇੱਥੇ ਗੁਰੂ ਕੇ ਪਿਆਰੇ ਭਾਈ ਸੰਗਰਾਮ ਸਿੰਘ ਨੇ ਆਪਣਾ ਆਪਾ ਗੁਰੂ ਦੇ ਚਰਨਾਂ ਵਿੱਚ ਵਾਰ ਦਿੱਤਾ। ਇੱਥੇ ਭਾਈ ਬਚਿੱਤਰ ਸਿੰਘ ਦਾ ਪੁੱਤਰ ਸ਼ਹੀਦ ਹੋਇਆ ਤੇ ਭਾਈ ਰਾਮ ਸਿੰਘ ਉਹ ਮਗਰੋਂ ਜਾ ਕੇ ਬਾਬਾ ਬੰਦਾ ਬਹਾਦਰ ਦੇ ਨਾਲ, ਦੇਖੋ ਦੋਵੇਂ ਬੰਦੇ ਬਹਾਦਰ ਦੇ ਨਾਲ ਸ਼ਹੀਦ ਹੁੰਦੇ ਨੇ। ਇੱਕ ਚੱਪੜ ਚਿੜੀ ਦੇ ਮੈਦਾਨ ਵਿੱਚ ਸੰਗਰਾਮ ਸਿੰਘ ਵੱਡਾ ਪੁੱਤਰ 1711 ਦੇ ਵਿੱਚ ਇਹ ਇੱਥੇ ਸ਼ਹੀਦ ਹੁੰਦਾ, 1716 ਦੇ ਵਿੱਚ ਜਦੋਂ ਪਕੜਿਆ ਜਾਂਦਾ ਬਾਬਾ ਬੰਦਾ ਸਿੰਘ ਬਹਾਦਰ। ਬਾਬਾ ਗੁਰਬਖਸ਼ ਸਿੰਘ ਇਹਦਾ ਅਸਲ ਵਿੱਚ ਨਾਂ ਹੈ, ਮਾਧੂਦਾਸ ਬੈਰਾਗੀ ਇਹਦਾ ਪਹਿਲਾ ਨਾਂ ਹੈ। ਬੰਦਾ ਬਹਾਦਰ ਇਹ ਉਦੋਂ ਪਿਆ ਜਦੋਂ ਇਹਨੇ ਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਨੇ ਵਿਚਾਰ ਸਾਂਝੀ ਕੀਤੀ ਸੀ, ਮੈਂ ਗੱਲ ਲੰਮੀ ਨਾ ਕਰਾਂ। ਇਹਨੇ ਆਖਿਰਕਾਰ ਇੱਥੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚੋਂ ਸਿੱਖਾਂ ਲਈਆਂ ਤਨ, ਇਹ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਪਕੜਿਆ ਗਿਆ। ਜਦੋਂ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਪਕੜਿਆ ਗਿਆ, ਅੱਜ ਇਹਦੇ ਨਾਲ ਇਹ ਜਿਹੜਾ ਇੱਕ ਭਾਈ ਬਚਿੱਤਰ ਸਿੰਘ ਦਾ ਪੁੱਤਰ ਛੋਟਾ, ਇਹ ਵੀ 1716 ਦੇ ਵਿੱਚ ਦਿੱਲੀ ਦੇ ਵਿੱਚ ਉੱਥੇ ਸ਼ਹੀਦ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਇਹਨੂੰ ਵੀ ਸ਼ਹੀਦੀ ਦਾ ਜਾਮ ਪੀਣਾ ਪਿਆ। ਇਹ ਭਾਈ ਮਨੀ ਸਿੰਘ ਦੇ ਦੋਵੇਂ ਪੋਤਰੇ ਨੇ, ਸੰਗਰਾਮ ਸਿੰਘ ਤੇ ਭਾਈ ਰਾਮ ਸਿੰਘ। ਮੈਂ ਬੇਨਤੀ ਸਮਾਪਤ ਕਰਾਂ, ਅੱਜ ਸਮਾਂ ਇੰਨਾ ਹੀ ਲਾਉਣਾ ਚਾਹੁੰਦਾ। ਜਿਹੜੀ ਅਰਜ਼ ਕਰਨੀ ਚਾਹੁੰਦਾ ਸਾਂ, ਕਲਗੀਧਰ ਪਿਤਾ ਜੀ ਮਹਾਰਾਜ ਦੇ ਲੱਖ ਤੇ ਜ਼ਿਕਰ ਭਾਈ ਮਨੀ ਸਿੰਘ, ਅੱਤ ਦੇ ਪਿਆਰੇ ਭਾਈ ਮਨੀ ਸਿੰਘ ਤੇ ਭਾਈ ਮਨੀ ਸਿੰਘ ਦੇ ਅੱਗੇ 10 ਪੁੱਤ ਨੇ। 10 ਪੁੱਤਰਾਂ ਵਿੱਚੋਂ 2 ਦਾ ਤੁਹਾਡੇ ਨਾਲ ਇਤਿਹਾਸ ਸਾਂਝਾ ਕੀਤਾ। ਸਭ ਤੋਂ ਵੱਡਾ ਪੁੱਤਰ ਹੈ ਪਹਿਲਾ ਭਾਈ ਚਿੱਤਰ ਸਿੰਘ, ਦੂਜੇ ਪੁੱਤਰ ਦਾ ਨਾਂ ਹੈ ਭਾਈ ਬਚਿੱਤਰ ਸਿੰਘ। ਭਾਈ ਚਿੱਤਰ ਸਿੰਘ ਦੇ ਵੀ 3 ਪੁੱਤ ਸ਼ਹੀਦ ਨੇ ਗੁਰੂ ਕਲਗੀਧਰ ਪਿਤਾ ਜੀ ਮਹਾਰਾਜ ਲਈ। ਉਹਦੇ ਵੀ 3 ਪੁੱਤ ਸ਼ਹੀਦ ਨੇ, ਇੱਕ 1711 ਵਿੱਚ, ਇੱਕ 1713 ਵਿੱਚ, ਇੱਕ 1758 ਵਿੱਚ, ਇਹ ਬਹੁਤ ਜਾ ਕੇ ਮਗਰੋਂ ਸ਼ਹੀਦ ਹੁੰਦਾ। ਇਹ ਵੀ ਇਹਦੇ 3 ਪੁੱਤ ਸ਼ਹੀਦ ਨੇ, ਪਰ ਇਹਦੇ ਵਿੱਚੋਂ ਸਭ ਤੋਂ ਵੱਡੇ ਦਾ ਨਾਂ ਹੈ ਭਾਈ ਕੇਸੋ ਸਿੰਘ, ਦੂਜੇ ਦਾ ਨਾਂ ਹੈ ਭਾਈ ਨਰੈਣ ਸਿੰਘ, ਤੀਜੇ ਦਾ ਨਾਂ ਹੈ ਭਾਈ ਜਗਤ ਸਿੰਘ, ਪਰ ਇਹਦਾ ਇਤਿਹਾਸ ਨਹੀਂ ਮਿਲਦਾ। ਚੌਥੇ ਦਾ ਨਾਂ ਹੈ ਭਾਈ ਹਾਠੂ ਸਿੰਘ,
ਹਠੂ ਸਿੰਘ ਵੀ ਕਈਆਂ ਨੇ ਲਿਖਿਆ, ਭਾਈ ਹਠੂ ਸਿੰਘ ਇਹ ਗੁਰੂ ਕਾ ਪਿਆਰਾ 1758 ਵਿੱਚ ਜਾ ਕੇ ਸ਼ਹੀਦ ਹੁੰਦਾ, ਬੜਾ ਚਿਰ ਮਗਰੋਂ ਜਾ ਕੇ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ ਭਾਈ ਚਿੱਤਰ ਸਿੰਘ ਦੇ ਪੁੱਤਰਾਂ ਨੇ ਵੀ ਆਪਣੀ ਸ਼ਹਾਦਤ ਪਾ ਦਿੱਤੀ, ਆਪਣਾ ਆਪਾ ਵਾਰਿਆ। ਭਾਈ ਮਨੀ ਸਿੰਘ ਦੇ ਪੋਤਰੇ ਨੇ ਤੇ ਚਾਰਾਂ ਵਿੱਚੋਂ ਤਿੰਨ ਸ਼ੀਰ ਹੋਏ ਨੇ, ਅੱਗੇ ਭਾਈ ਮਨੀ ਸਿੰਘ ਦੇ ਪੋਤਰੇ, ਫਿਰ ਭਾਈ ਚਿੱਤਰ ਸਿੰਘ, ਉਹ ਵੀ ਸ਼ੀਰ ਹੋਇਆ ਕੋਟਲਾ ਨਿਹੰਗ ਦੇ ਵਿੱਚ, ਤੇ ਅੱਗੇ ਆ ਕੇ ਇਹਦੇ ਦੋਵੇਂ ਪੁੱਤਰ ਇੱਕ ਚੱਪੜ ਚਿਰੀ ਦੇ ਮੈਦਾਨ ਵਿੱਚ ਆ ਕੇ ਸ਼ਹੀਦ ਹੁੰਦਾ, ਤੇ ਇੱਕ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸ਼ਹੀਦ ਹੁੰਦਾ। ਦਿੱਲੀ ਦੇ ਵਿੱਚ ਇਹਨੂੰ ਸ਼ਹਾਦਤ ਦਾ ਜਾਮ ਪੀਣਾ ਪੈਂਦਾ। ਇਹਨਾਂ ਸ਼ਹਾਦਤਾਂ ਦਾ ਜਾਮ ਪੀ ਪੀ ਕੇ ਜਿਹਨਾਂ ਨੇ ਸਿੱਖੀ ਦੇ ਮਹੱਲ ਨੂੰ ਖੜਾ ਕੀਤਾ, ਅੱਜ ਸਾਡੇ ਕੋਲ ਉਹਨਾਂ ਦੇ ਨਾਂ ਤੱਕ ਚੇਤੇ ਨਹੀਂ ਹੈ। ਸਾਨੂੰ ਇੰਨਾ ਵੀ ਨਹੀਂ ਪਤਾ ਭਾਈ ਮਨੀ ਸਿੰਘ ਦੇ ਪੁੱਤ ਕਿੰਨੇ ਨੇ, ਸਾਨੂੰ ਇਹ ਵੀ ਨਹੀਂ ਪਤਾ। ਮੈਂ ਫਿਰ ਬੇਨਤੀ ਕਰਦੇ ਹਾਂ, ਭਾਈ ਮਨੀ ਸਿੰਘ ਦਾ ਅਤ ਨਜ਼ਦੀਕੀ ਪਰਿਵਾਰ, ਉਹਦੇ ਵਿੱਚੋਂ 53 ਸ਼ਹੀਦ ਨੇ, 53 ਸ਼ਹੀਦ ਨੇ ਭਾਈ ਮਨੀ ਸਿੰਘ ਦੇ ਅੱਤ ਦੇ ਪਰ, ਜਿਹਦੇ 10 ਦੇ 10 ਪੁੱਤ ਸ਼ਹੀਦ ਹੋਏ। ਹੁਣ ਕੈਸਾ ਗੁਰੂ ਕਾ ਲਾਡਲਾ ਹੋਏਗਾ, ਮੇਰੀ ਜ਼ਬਾਨ ਨਹੀਂ ਸਾਥ ਦਿੰਦੀ, ਮੈਂ ਉਹਦੇ ਲਈ ਕੋਈ ਬਚਨ ਕਵਾਂ। ਜਿਹਦੇ 10 ਦੇ 10 ਪੁੱਤ ਹੋਣ, 10 ਦੇ 10 ਹੀ ਗੁਰੂ ਲਈ ਸ਼ਹੀਦ ਹੋਏ ਹੋਣ। ਉਹਨਾਂ ਵਿੱਚੋਂ ਦੋ ਪੁੱਤਰਾਂ ਦਾ ਜ਼ਿਕਰ ਅੱਜ ਤੁਹਾਡੇ ਨਾਲ ਸਾਂਝਾ ਕੀਤਾ। ਬਾਕੀ ਜੀਵਨ ਜਿੰਨਾ ਜਿੰਨਾ ਕੋ ਮਿਲਦਾ ਉਹਨਾਂ ਕੋ, ਬਾਕੀ ਪੁੱਤਰਾਂ ਦਾ ਉਹ ਤੁਹਾਡੇ ਨਾਲ ਕੱਲ੍ਹ ਰੋਜ਼ ਸਾਂਝਾ ਕਰਾਂਗਾ। ਇਤਿਹਾਸ ਦੀ ਵਿਚਾਰ ਕਰਦੇ ਹਾਂ, ਇਹ ਬਿਲਕੁਲ ਦਾਵਾ ਨਹੀਂ ਹੈ, ਮੈਂ ਬਲਕਿ ਭਰੋਸਾ ਰੱਖਣਾ ਵੀ ਬਹੁਤ ਗਲਤੀਆਂ ਕੀਤੀਆਂ ਨੇ ਮੈਂ, ਤੁਸੀਂ ਬਖਸ਼ ਲੈਣਾ, ਸੰਗਤ ਬਖਸ਼ਣ ਯੋਗ ਹੈ, ਬਖਸ਼ ਸਕਦੀ ਹੈ। ਮੈਂ ਸਿਰਫ ਇਸ ਭਾਵਨਾ ਦੇ ਨਾਲ ਇਹ ਵਿਰਸੇ ਨੂੰ ਬੋਲਣ ਲੱਗਿਆ ਹੋਇਆ ਵੀ ਅੱਜ ਦਾ ਸਿੱਖ ਹੈ ਨਾ ਜਿਹੜਾ, ਉਹ ਅੱਜ ਹੁਣ ਕੀ ਕਰੇ। ਗੁਰਦੁਆਰਿਆਂ ਵਿੱਚ ਤਾਂ ਉਹਨਾਂ ਦੀਆਂ ਬਰਸੀਆਂ ਮਨਾਈ ਜਾਂਦੀਆਂ ਨੇ, ਪੁਰਾਣੇ ਸਿੱਖਾਂ ਦੀ ਤਾਂ ਕੋਈ ਗੱਲ ਨਹੀਂ ਕਰਦਾ। ਅਤੇ ਫਿਰ ਇਸ ਗੱਲ ਕਰਕੇ ਪੁਰਾਣੇ ਸਿੱਖਾਂ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ। ਭੁੱਲਾ ਚੁੱਕਾਂ ਦੀ ਖਿਮਾ ਦੀ ਪਿਆਰ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।